ਮੈਂ ਪਿਛਲੀ ਵਾਰੀ ਰੋ ਰੋ ਕੇ ਥੱਕ ਗਿਆ। ਰਾਜੇ ਵਾਲੇ ਅਰਗੇ ਨੇ ਇਹ ਸਾਰਿਆਂ ਨੇ ਜੀ ਮੇਰੀ ਬੜੀ ਉੱਥੇ ਜ਼ਲੀਲਤਾ ਕੀਤੀ। ਜੇ ਮੇਰੇ ਹਮ ਉਮਰ ਦਿੰਦੇ ਮੈਂ ਢਾ ਲੈਣੀ ਸੀ ਇਹ, ਤਾਂ ਕਟਾਪਾ ਬਹੁਤ ਮੈਂ ਚੜ੍ਹਨਾ ਸੀ, ਪੰਮ ਮੇਰੀ ਗੋਲੀ ਮਾਰ। ਇਹ ਨਾ ਤੁਹਾਡੇ ਬਿੱਲ ਮੰਨੇ ਜਾਣੇ ਨੇ, ਨਾ ਤੁਹਾਨੂੰ ਲਿਖ ਕੇ ਹੁਣ ਦੇਣਾ ਕਿਸੇ ਨੇ, ਅਤੇ ਹੁਣ ਅਗਲੀ ਵਾਰੀ ਜਾਊਂਗਾ ਤੁਹਾਡੇ ਛਿੱਤਰ ਪੈਣਗੇ ਅਤੇ ਪੈ ਰਹੇ ਆ। ਕਰਦਾ ਕੌਣ ਹੈ? ਚੋਰ। ਸਿਕਿਉਰਿਟੀ ਕੌਣ ਰੱਖਦਾ? ਠੱਗ। ਵੀ ਹਾਏ ਕਿਤੇ ਮੈਨੂੰ ਕੋਈ ਮਾਰ ਦੇ, ਵੇਖੀ ਤੁਸੀਂ ਮਰ ਜਿਓ ਮੈਂ ਬਚ ਜਾਂ। 90% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਵੀ ਦੇਣਗੇ। ਇਤਿਹਾਸ ਲਿਖਿਆ ਜਾਊਗਾ, ਇੱਕ ਟਾਈਮ ਆਊਗਾ ਜਦ ਸਿੱਖ ਰਾਜ ਹੋਊਗਾ। ਕੁਛ ਬੰਦੇ ਮੰਨਦੇ ਵੀ ਹਾਂ ਭੂਤਾਂ ਹੁੰਦੀਆਂ, ਕੁਛ ਬੰਦੇ ਮੰਨਦੇ ਭੂਤਾਂ ਨਹੀਂ ਹੁੰਦੀਆਂ। 1000 ਸਾਲ ਭੂਤ ਦੀ ਉਮਰ ਹੈ, ਲੱਖ ਕਾਗਾਂ ਕਰੋੜ ਨਾਗਾਂ ਤੁਸੀਂ ਸੁਣਦੇ ਰਹੇ ਹੋ, ਅਤੇ ਜਿਸ ਚੀਜ਼ 'ਤੇ ਬਾਣੀ ਨੇ ਮੋਹਰ ਲਾਤੀ ਉਸ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦੀ। ਤਾਂਤਰਿਕਾ, ਜੇ ਤੇਰੀ ਗੱਲ ਝੂਠ ਨਿਕਲੀ ਮੈਂ ਤੇਰੀਆਂ ਜੂੰਡੀਆਂ ਪੱਟ ਕੇ ਘੜੀਸ ਕੇ ਨੰਗਾ ਕਰਕੇ ਕੁੱਟੂ। ਉਹ ਕਹਿੰਦਾ ਗਿਲੀ ਕਹਿੰਦਾ ਵਿੱਚੇ ਫਿੱਲੀ ਮਾਰੂੰ ਚੰਡ ਤੇਰਾ ਵੈਰ। ਇਹ ਦੁਨੀਆ ਇੱਕ ਜੰਗਲ ਹੈ, ਇਹਦੇ ਵਿੱਚ ਸਿਰਫ ਤਕੜਾ ਜੀ ਹੋ ਸਕਦਾ ਹੈ ਜਿਹਦੇ ਜਿਗਰਾ ਹੈ। ਬਾਕੀ ਹਾਲਤ ਤੁਹਾਡਾ, ਗੱਲ ਕੀ ਹੈ? ਉਹ ਡਰ ਗਈ ਹੁਣ ਹਿੱਲ ਗਿਆ ਸੀ ਨਾ ਜਦੋਂ ਤੁਹਾਨੂੰ ਫਿਲਮ ਸੁਣਾਈ ਗਈ, ਅਤੇ ਉਹਨਾਂ ਨੇ ਟਾਈਟਲ ਦੱਸਿਆ ਹੋਣਾ ਵੀ ਬੂਮ ਮੈਂ ਡਰ ਗਈ, ਅਤੇ ਤੁਹਾਡਾ ਇਹ ਰਿਐਕਸ਼ਨ ਨਹੀਂ ਸੀਗਾ ਵੀ ਉਹ ਮੇਰੇ ਤੋਂ ਤਾਂ ਵੈਸੇ ਊਂ ਡਰਦੇ ਰਹੇ, ਮੇਰੀ ਬੜਕ ਦਾ ਤੁਸੀਂ ਮੈਨੂੰ ਕਹੀ ਜਾਂਦੇ ਬੂਮ ਮੈਂ ਡਰ ਗਈ ਰਹਾਂ। ਰੱਖਦੇ ਸੀ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ, ਟਰਾਲੀਆਂ ਭਰ ਕੇ, ਟਰੈਕਟਰ ਭਰ ਕੇ, ਟਰੱਕ ਭਰ ਕੇ, ਉੱਥੇ ਲੋਕ 20-20 ਹਜ਼ਾਰ ਬੰਦਾ ਸ਼ੂਟਿੰਗ ਕਰਨ ਆਉਂਦੇ ਸੀ ਵੀ ਸਾਡਾ ਪੰਜਾਬ ਦਾ ਬੱਬਰ ਸ਼ੇਰ ਯੋਗਰਾਜ ਸਿੰਘ ਸ਼ੂਟਿੰਗ ਕਰ ਰਿਹਾ ਸੀ। ਕਿ ਜਿਸ ਢਾਬੇ 'ਤੇ ਬਹਿ ਜਾਣਾ ਉਸ ਢਾਬੇ 'ਤੇ ਮੰਜਾ ਡਾ ਲੈਣਾ, ਅਤੇ ਰੋਟੀ ਭਾਵਾਂ 100-100 ਬੰਦਿਆਂ ਨੇ ਖਾ ਜਾਣੀ, ਅਤੇ ਢਾਬੇ ਵਾਲੇ ਨੇ ਪੈਸੇ ਨਾ ਲੈਣੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀ ਵੀ, ਅਤੇ ਮੈਂ ਸ਼ਾਇਨ ਕੋਟਪੂਰਾ। ਦਰਸ਼ਕੋ, ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਅੱਜ ਜਿਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦੇ ਡਾਇਲੋਗ, ਉਹਨਾਂ ਦੀ ਆਵਾਜ਼ ਦੇ ਵਿੱਚ ਡਾਇਲੋਗ, ਉਹਨਾਂ ਦੇ ਦਮਦਾਰ ਆਵਾਜ਼ ਦੇ ਵਿੱਚ ਡਾਇਲੋਗ ਸੁਣ ਕੇ ਇਕੱਲੇ ਸਾਡੇ ਹੀ ਨਹੀਂ, ਸਾਡੇ ਬਾਪੂ ਵਰਗਿਆਂ ਦੇ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਸੀਗੇ। ਮੇਰੀ ਮੁਰਾਦ ਯੋਗਰਾਜ ਸਿੰਘ ਜੀ, ਸਵਾਗਤ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ ਕਿ ਸਾਡੇ ਬਜ਼ੁਰਗਾਂ ਦੇ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਸੀ, ਉਹ ਮੇਰੇ ਸਾਥੀ ਰਹੇ ਹੈ ਤੁਹਾਡੇ ਬਜ਼ੁਰਗ ਸਾਰਿਆਂ ਦੇ, ਔਰ ਉਹ ਮੇਰਾ ਸਾਥ ਇਹੋ ਜਿਹਾ ਰਿਹਾ ਕਿ ਮੈਨੂੰ ਕਦੇ ਉਹਨਾਂ ਨੇ ਪਿੰਡਾਂ 'ਚੋਂ ਹੋਟਲ 'ਚ ਨਹੀਂ ਰਹਿਣ ਦਿੱਤਾ। ਜਿੱਥੇ ਸ਼ੂਟਿੰਗ ਹੁੰਦੀ ਸੀ ਉਸੇ ਪਿੰਡ ਦੇ ਮੇਰੇ ਮਾਤਾ ਪਿਤਾ ਵੱਡ ਵਡੇਰੇ ਤੁਹਾਡੇ ਬਜ਼ੁਰਗ ਜਿਹੜੇ ਮੇਰੇ ਸਾਥੀ ਸੀ ਉਹ ਕਹਿੰਦੇ ਵੀ ਤੂੰ ਸਾਡਾ ਮੁੰਡਾ ਪੰਜਾਬ ਦੀ ਧਰਤੀ ਦਾ, ਅਸੀਂ ਤਾਂ ਜਿਹੜੀ ਰੁੱਖੀ ਮਸੀਹਤ ਨੂੰ ਇੱਥੇ ਖਵਾਉਣੀ ਹੈ, ਇੱਥੇ ਮੰਜਾ ਡਾਉਣਾ ਬੈਠਕਾਂ ਦੇ ਵਿੱਚ, ਇੱਥੇ ਰੱਖਣਾ ਬੰਬੀ 'ਤੇ ਨਵਾਉਣਾ, ਅਤੇ ਇੱਥੇ ਤੈਨੂੰ ਰਹਿਣਾ, ਅਤੇ ਇੱਥੇ ਤੇਰੀ ਪਰਵਰਿਸ਼ ਕਰਨੀ ਹੈ। ਮੈਂ ਦੱਸ ਨਹੀਂ ਸਕਦਾ ਕਿ ਮੈਂ ਪੰਜਾਬ ਦੇ ਇੱਕ ਇੱਕ ਪਿੰਡ ਦੇ ਇੱਕ ਇੱਕ ਘਰ ਦਾ, ਇਸ ਧਰਤੀ ਦਾ, ਪੰਜਾਬ ਦੀ ਧਰਤੀ ਦਾ ਦੇਣਾ ਨਹੀਂ ਦੇ ਸਕਦਾ, ਜਿਹਦੇ ਕਰਦਾ ਮੈਂ ਨਮਕ ਨਹੀਂ ਖਾਧਾ, ਜਿਹਦੇ ਕਰਦੀ ਮੈਂ ਰੋਟੀ ਨਹੀਂ ਖਾਧੀ। ਮੈਨੂੰ ਪੰਜਾਬ ਦੀ ਧਰਤੀ ਐਂ ਲੱਗਦੀ ਹੈ ਵੀ ਐਡੀ ਵੱਡੀ ਧਰਤੀ ਹੈ ਨਾ, ਇਹ ਮੇਰਾ ਘਰ ਹੈ। ਅਤੇ ਜਿਹੜੇ ਬਜ਼ੁਰਗਾਂ 'ਚ ਤੁਸੀਂ ਗੱਲ ਕੀਤੀ ਹੈ, ਮਹਾਰਾਜ ਨੂੰ ਲੰਬੀਆਂ ਉਮਰਾਂ ਬਖਸ਼ਣ, ਸ਼ਾਇਦ ਦੁਨੀਆ 'ਚ ਕੁਛ ਚਲੇ ਵੀ ਗਏ ਹੋਣ, ਪਰ ਉਹ ਮੇਰੇ ਉਹ ਸਾਥੀ ਰਹੇ ਨੇ ਜਿਨ੍ਹਾਂ ਨੇ ਮੈਨੂੰ ਮੋਢਿਆਂ 'ਤੇ ਚੱਕ ਕੇ ਰੱਖਿਆ, ਜਿਨ੍ਹਾਂ ਨੇ ਸਾਰੇ ਸਾਰੇ ਯੂਨਿਟ ਦੀ ਰੋਟੀ ਖਵਾਈ ਆ ਮੈਨੂੰ, ਮਹੀਨਾ ਮਹੀਨਾ, ਦੋ ਦੋ ਮਹੀਨਾ, ਤਿੰਨ ਤਿੰਨ ਮਹੀਨੇ। ਐਸਾ ਕੰਮ ਹੋਇਆ ਸੀ ਕਿ ਮੈਂ ਤਿੰਨ ਤਿੰਨ ਫਿਲਮਾਂ ਦੀ ਸ਼ੂਟਿੰਗ ਕਰਦਾ ਸੀ, ਸਾਰੇ ਦੇ ਸਾਰੇ ਉਸ ਪਿੰਡ ਦੇ ਪਿੰਡਾਂ ਦੇ ਵਿੱਚ ਆਉਂਦੇ ਸੀ, ਸਾਰੇ ਰੱਖਦੇ ਸੀ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ, ਟਰਾਲੀਆਂ ਭਰ ਕੇ, ਟਰੈਕਟਰ ਭਰ ਕੇ, ਟਰੱਕ ਭਰ ਕੇ, ਉੱਥੇ ਲੋਕ 20-20 ਹਜ਼ਾਰ ਬੰਦਾ ਸ਼ੂਟਿੰਗ ਕਰਨ ਆਉਂਦੇ ਸੀ ਵੀ ਸਾਡਾ ਪੰਜਾਬ ਦਾ ਬੱਬਰ ਸ਼ੇਰ ਯੋਗਰਾਜ ਸਿੰਘ ਸ਼ੂਟਿੰਗ ਕਰ ਰਿਹਾ ਸੀ ਜਾਣਾ। ਮਾਤਾਵਾਂ ਨੇ ਸਾਗ ਬਣਾ ਕੇ ਲਿਆਉਣਾ, ਦਾਲਾਂ ਬਣਾ ਕੇ ਲਿਆਉਣੀਆਂ, ਰੋਟੀਆਂ, ਮੱਖਣ, ਲੱਸੀਆਂ ਲੈ ਕੇ ਆਉਣੀਆਂ, ਅਤੇ ਬੈਠ ਕੇ ਖਵਾਉਣਾ।
ਭਾਈ ਟਾਈਮ ਹੋ ਗਿਆ, 1 ਵਜ ਗਿਆ, ਸਾਡੇ ਮੁੰਡੇ ਨੂੰ ਰੋਟੀ ਖਾਣੀ ਹੈ, ਸ਼ੂਟਿੰਗ ਬੰਦ ਹੋ ਗਈ। ਖਵਾ ਕੇ ਮਾਤਾਵਾਂ ਨੇ ਬਜ਼ੁਰਗਾਂ ਨੇ ਕਹਿਣਾ ਪੁੱਤ 2 ਘੜੀ ਆਰਾਮ ਕਰ ਲਾ, ਫਿਰ ਸ਼ੂਟਿੰਗ ਕਰ ਲਈ। ਮੰਜੇ ਲਿਆਉਣੇ, ਕਹਿਣਾ ਭਾਈ ਘੰਟਾ ਸਾਡਾ ਪੁੱਤ ਨੇ ਸੋਣਾ। ਉਹ ਇੰਤਹਾ ਪਿਆਰ ਇਸ ਪੰਜਾਬ ਦੀ ਧਰਤੀ ਤੋਂ ਮਿਲਿਆ, ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ, ਜਿਹਦਾ ਕਰਜ਼ਾ ਮੈਂ ਪੁਸ਼ਤਾਂ ਤੱਕ ਨਹੀਂ ਲਾ ਸਕਦਾ। ਆਹ ਤੁਸੀਂ ਗੱਲ ਕੀਤੀ ਸੀ ਤਾਂ ਮੇਰੇ ਜਜ਼ਬਾਤ ਜਾਗੇ ਵੀ ਤੁਸੀਂ ਆਪਣੇ ਬਜ਼ੁਰਗਾਂ ਦੀ ਗੱਲ ਕੀਤੀ। ਬਿਲਕੁਲ, ਕਿਉਂਕਿ ਜਿੰਨਾ ਪਿਆਰ ਮੈਨੂੰ ਲੱਗਦਾ ਤੁਸੀਂ ਲੈਤਾ ਹੈਗਾ ਪੰਜਾਬੀਆਂ ਤੋਂ, ਕਿਉਂਕਿ ਤੁਹਾਡੀ ਇਕੱਲੀ ਇਕੱਲੇ ਡਾਇਲੋਗ, ਇਕੱਲੀ ਇਕੱਲੀ ਗੱਲ ਗੂੰਜਦੀ ਸੀਗੀ ਅਤੇ ਰੀਸ ਕਰਕੇ, ਹਾਲਾਂਕਿ ਉਹੋ ਜਿਹੀ ਆਵਾਜ਼ ਜਾਂ ਉਹੋ ਜਿਹਾ ਓਡਾ ਦਮਖਮ ਨਹੀਂ ਹੋ ਸਕਦਾ, ਪਰ ਜਿਹੜੀ ਤੁਹਾਡੇ ਡਾਇਲੋਗ ਜਿਹੜੇ ਰਚੇ ਹੋਏ ਸੀਗੇ ਦਿਲਾਂ ਦੇ ਵਿੱਚ, ਉਹ ਅੱਜ ਤੱਕ ਉਵੇਂ ਹੀ ਵਸੇ ਹੋਏ ਆ। ਕਾਕਾ ਜੀ, ਤੁਸੀਂ ਯਕੀਨ ਕਰਨਾ ਬੇਟਾ ਕਿ ਜਿਸ ਢਾਬੇ 'ਤੇ ਬਹਿ ਜਾਣਾ, ਉਸ ਢਾਬੇ 'ਤੇ ਮੰਜਾ ਡਾਹ ਲੈਣਾ ਅਤੇ ਰੋਟੀ ਭਾਵਾਂ 100-100 ਬੰਦਿਆਂ ਨੇ ਖਾ ਜਾਣੀ ਅਤੇ ਢਾਬੇ ਵਾਲੇ ਨੇ ਪੈਸੇ ਨਾ ਲੈਣੇ। ਜੇ ਕਿਤੇ ਕੁਛ ਖਰੀਦਣ ਚਲੇ ਜਾਣਾ ਤਾਂ ਪੈਸੇ ਨਾ ਲੈਣੇ। ਮੇਰੀ ਮਾਂ ਨੇ ਰਾਸ਼ਨ ਖਰੀਦਣ ਜਾਣਾ, ਉਹਨੇ ਰਾਸ਼ਨ ਦੇ ਪੈਸੇ ਨਾ ਲੈਣੇ। ਅਤੇ ਮੇਰੀ ਮਾਤਾ ਜੀ ਜਿਹੜੀ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ, ਮੈਨੂੰ ਕਹਿੰਦੇ ਕਹਿੰਦੇ ਮੈਨੂੰ ਪੁੱਤ ਖੁਸ਼ੀ ਇਸ ਗੱਲ ਦੀ ਹੈ ਮੇਰੀ ਕੁੱਖ 'ਚੋਂ ਜੰਮ ਕੇ ਤੈਨੂੰ ਲੱਗ, ਲੋਕ ਜਦ ਪੰਜਾਬ ਦਾ ਪੁੱਤਰ ਅਤੇ ਪੰਜਾਬ ਦਾ ਸ਼ੇਰ ਕਹਿੰਦੇ ਨੇ ਨਾ, ਅਤੇ ਕਹਿੰਦੇ ਮੈਨੂੰ ਐਂ ਲੱਗਦਾ ਮੇਰਾ ਜੀਵਨ ਸਫਲ ਹੋ ਗਿਆ। ਜਿੱਦਣ ਮੇਰੇ ਮਾਤਾ ਜੀ ਗੁਜ਼ਰੇ ਹੈ, ਮੈਨੂੰ ਉਹਨੇ ਗੱਲ ਕਹੀ, ਕਹਿੰਦੇ ਪੁੱਤ ਜੀਵਨ ਹੋਵੇ ਤਾਂ ਤੇਰੇ ਵਰਗਾ ਹੋਵੇ ਜਿਹਦੇ ਸੀਨੇ ਦੇ ਵਿੱਚ ਦੂਜਿਆਂ ਦਾ ਦਰਦ ਵਸਦਾ ਹੈ, ਦਇਆ ਵਸਦੀ ਹੈ, ਤੌਲ ਧਰਮ ਦਇਆ ਕਾ ਪੂਤ। ਸੋ ਮੈਂ ਸਮਝਦਾ ਪੰਜਾਬ ਦੇ ਚੱਪੇ ਚੱਪੇ ਤੋਂ ਜਿੰਨਾ ਪਿਆਰ ਮੈਨੂੰ ਮਿਲਿਆ ਅਤੇ ਅੱਜ ਮਿਲ ਰਿਹਾ, ਅਸੀਂ ਜ਼ਰੂਰ ਪ੍ਰਮੋਸ਼ਨ ਕਰ ਰਹੇ ਹਾਂ, ਪਰ ਯਕੀਨ ਕਰਿਓ ਦਿਲ ਮੇਰਾ ਨਾ ਸ਼ੰਭੂ ਬਾਰਡਰ 'ਤੇ ਹੈ। ਦਿਲ ਮੇਰਾ ਹਰ ਉਸ ਜਵਾਨ, ਉਸ ਬਜ਼ੁਰਗ, ਉਸ ਧੀ, ਉਸ ਭੈਣ, ਉਸ ਮਾਂ ਦੇ ਹਿਰਦੇ 'ਚ ਹੈ ਜਿੱਥੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਉੱਥੇ ਕਿਉਂ ਨਹੀਂ। ਪਰ ਇਹ ਜਿਹੜੇ ਲੀਡਰ ਨੇ, ਜਿਹੜੇ ਆਗੂ ਨੇ, ਮੈਂ ਇਹਨਾਂ ਨੂੰ ਦਫਾ ਕਰਕੇ ਪੰਜਾਬ ਦਾ ਇੱਕ ਹਿੱਸੇ ਦਾ ਲੀਡਰ ਬਣਨਾ ਚਾਹੁੰਦਾ। ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਕੱਲ੍ਹ, ਮੈਂ ਆਸ਼ਿਕ ਹੋ ਗਿਆ ਉਹਦਾ, ਅਤੇ ਮੈਨੂੰ ਯਕੀਨ ਹੈ ਪੁੱਤਰ ਅੱਗੇ ਤੁਰੂਗਾ, ਸਾਰਾ ਕੈਬਨਿਟ ਨਾਲ ਤੁਰੂਗਾ, ਅਸੀਂ ਨਾਲ ਤੁਰਾਂਗੇ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਲਿਆਵਾਂਗੇ। ਸੋ ਪੰਜਾਬ ਦੀ ਧਰਤੀ ਪਿੱਛੇ ਜੇ ਮੇਰਾ ਜ਼ਰਾ ਜ਼ਰਾ ਵੀ ਖਤਮ ਹੋ ਜੇ, ਮੇਰਾ ਤੁਬਕਾ ਤੁਬਕਾ ਵੀ ਖੂਨ ਦਾ ਲੱਗ ਜੇ, ਮੈਂ ਸਮਝੂੰਗਾ ਕਿ ਗੁਰੂ ਮਹਾਰਾਜ ਨੇ ਮੇਰੇ 'ਤੇ ਕਿਰਪਾ ਕਰਤੀ, ਮੈਂ ਪੰਜਾਬ ਦਾ ਕਰਜ਼ਾ ਪਿਆਰ ਦਾ ਅਦਾ ਨਹੀਂ ਕਰ ਸਕਦਾ। ਤੁਹਾਨੂੰ ਹਮੇਸ਼ਾ ਹੀ ਅਸੀਂ ਸੁਣਦੇ ਹੈਗੇ ਹਾਂ, ਤਾਂ ਹਮੇਸ਼ਾ ਹੀ ਤੁਹਾਡੇ ਅੰਦਰ ਜਿਹੜੇ ਜਜ਼ਬਾਤ ਹੈਗੇ ਪੰਜਾਬ ਦੇ ਪ੍ਰਤੀ, ਤੁਸੀਂ ਚਿੰਤਤ ਰਹਿੰਦੇ ਹੈਗੇ ਹਾਂ, ਜਿੰਨੇ ਵੀ ਕੋਈ ਵੀ ਜਦੋਂ ਮੁਸੀਬਤ ਪੰਜਾਬ ਦੇ ਉੱਤੇ ਆਉਂਦੀ ਹੈਗੀ ਆ, ਪੰਜਾਬੀਆਂ ਦੇ ਉੱਤੇ ਆਉਂਦੀ ਹੈਗੀ, ਤੁਸੀਂ ਖੁੱਲ੍ਹ ਕੇ ਬੇਬਾਕੀ ਦੇ ਨਾਲ ਬੋਲਦੇ ਹੈਗੇ ਹੋ। ਇਸ ਵਾਰ ਵੀ ਜਦੋਂ ਹੁਣ ਦੁਬਾਰਾ ਤੋਂ ਜਦੋਂ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ ਹੈਗਾ, ਤਾਂ ਇਹਦੇ ਵਿੱਚ ਵੀ ਜਿਹੜੀਆਂ ਪਿਛਲੇ ਅੰਦੋਲਨ ਵੇਲੇ ਜਿਹੜੇ ਮੋਢੀ ਬਣੇ ਫਿਰਦੇ ਸੀ, ਉਹ ਇਸ ਵਾਰ ਨਹੀਂ ਦਿਖ ਰਹੇ ਹੈਗੇ। ਅਤੇ ਪਿੱਛੇ ਜੇ ਹੁਣੇ ਇੱਕ ਨੌਜਵਾਨ ਦੀ ਜਾਨ ਵੀ ਗਈ ਉਸ ਉੱਥੇ ਉਸ ਧਰਨੇ ਦੇ ਉੱਤੇ। ਜੀ ਜੀ, ਮੈਂ ਪਿਛਲੀ ਵਾਰੀ ਰੋ ਰੋ ਕੇ ਥੱਕ ਗਿਆ, ਰਾਜੇ ਵਾਲ ਅਰਗੇ ਨੇ, ਉਹ ਦੂਜਾ ਇੱਕ ਡਾਂਗ ਲੈ ਕੇ ਬਜ਼ੁਰਗ ਜਿਹਾ ਤੁਰਿਆ ਫਿਰਦਾ, ਕੀ ਨਾਂ ਉਹਦਾ, ਉਹ ਇਹ ਸਾਰਿਆਂ ਨੇ ਜੀ ਮੇਰੀ ਬੜੀ ਉੱਥੇ ਜ਼ਲੀਲਤਾ ਕੀਤੀ ਸਟੇਜ 'ਤੇ। ਕਈ ਵਾਰੀ ਤਾਂ ਇਹੋ ਜਿਹੇ ਮੇਰੇ ਹਮ ਉਮਰ ਦੇ ਹੁੰਦੇ, ਮੈਂ ਢਾ ਲੈਣੇ ਸੀ ਇਹ, ਤਾਂ ਕਟਾਪਾ ਬਹੁਤ ਮੈਂ ਚੜ੍ਹਨਾ ਸੀ, ਭਾਵੇਂ ਮੇਰੀ ਗੋਲੀ ਮਾਰ ਦਿੰਦੇ, ਕੋਈ ਗੱਲ ਨਹੀਂ, ਅੰਦੋਲਨ ਨੂੰ ਬਰਬਾਦ ਕਰਕੇ ਰੱਖਤਾ। ਚੰਗੇ ਭਲੇ ਅਸੀਂ ਦਿੱਲੀ 'ਚ ਬੈਠੇ ਹਾਂ, 10-15 ਲੱਖ ਬੰਦਾ ਬੈਠਾ ਹੈ ਤੁਹਾਡੇ ਸਾਹਮਣੇ, ਤੁਸੀਂ ਕਵਰ ਕੀਤਾ, ਔਰ ਉੱਥੇ ਉਹ ਜਿਹੜਾ ਫੈਸਲਾ ਹੋਇਆ, ਮੈਂ ਪ੍ਰਧਾਨ ਮੰਤਰੀ ਦਾ ਬੜਾ ਇਸ ਗੱਲ ਦਾ ਆਸ਼ਿਕ ਹਾਂ ਕਿ ਉਸ ਬੰਦੇ ਨੇ ਸਵੇਰੇ ਉੱਠ ਕੇ 9 ਵਜੇ ਇਹ ਕਿਹਾ ਕਿ ਹੋ ਸਕਦਾ ਹੈ ਮੇਰੀ ਤਪੱਸਿਆ ਮੈਂ ਕੋਈ ਕਮੀ ਰਹਿ ਗਈ ਹੋਗੀ, ਮੈਨੂੰ ਅਜੇ ਵੀ ਅਲਫਾਜ਼ ਯਾਦ ਹੈ ਕਿ ਮੈਂ ਕਿਸਾਨੋਂ ਕੋ ਬਤਾ ਨਾ ਸਕਾ ਕਿ ਮੈਂ ਕਿਆ ਕਰਨਾ ਚਾਹਤਾ ਹੂੰ, ਔਰ ਅਗਰ ਫਿਰ ਵੀ ਹਮਸੇ ਕੋਈ ਗਲਤੀ ਹੋ ਗਈ ਤਾਂ ਮਾਫ਼ੀ ਮੰਗਤੇ ਹੈ ਔਰ ਆਪਕੇ ਬਿੱਲ ਵਾਪਸ ਕਰਤੇ, ਇਸ ਤੋਂ ਵੱਧ ਕਿ ਕੋਈ ਕੁਛ ਕਹਿ ਨਹੀਂ ਸਕਦਾ। ਜਿਗਰੇ ਵਾਲਾ ਬੰਦਾ ਕਹਿੰਦਾ, ਇਸ ਗੱਲ ਲਈ ਮੋਦੀ ਜੀ ਨੂੰ ਬਹੁਤ ਬਹੁਤ ਵਧਾਈਆਂ।
ਮੈਂ ਉਹਨੂੰ ਇੱਕ ਗੱਲ ਕਹੀ ਉਦੋਂ ਸੁਨੇਹਾ ਘੱਲਿਆ, ਕਿਉਂਕਿ ਮੇਰੇ ਨਾਲ ਤਾਂ ਐਵੇਂ ਲੱਗੀ ਜਾਂਦੇ ਸੀ, ਉਹ ਕਹਿੰਦੇ ਸੀ ਕਿਉਂਕਿ ਸੱਚ ਬੋਲਦਾ ਰਾਜੇ ਆਲ ਵਾਲਾ, ਇਹ ਸਭ ਤੋਂ ਵੱਡਾ ਚੋਰ ਇਹ ਹੈ, ਇਹਨਾਂ ਦੇ ਆਪਸ ਕਿਉਂ ਫਟਿਆ, ਪੈਸੇ ਕਰਕੇ ਫਟਿਆ ਇਹ, ਇਹ ਨਹੀਂ ਵੀ ਇਹਨਾਂ ਦੇ ਅਲੱਗ ਧੜੇ ਬਣਾ ਲਏ, ਇਹ ਕਹਿੰਦੇ ਚੋਰਾਂ ਦੀ ਪੰਡ ਖੁੱਲ ਗਈ ਕਿਉਂਕਿ ਚੋਰੀ ਦਾ ਸਮਾਨ ਅੱਗੇ ਆ ਗਿਆ ਅਤੇ ਲੜ ਪਿਆ ਆਪਸ ਵਿੱਚ, ਅਤੇ ਜਦ ਪੰਡ ਖੁੱਲਦੀ ਹੈ ਠੱਗੀ ਚੋਰੀ ਦੀ ਉਦੋਂ ਲੜਾਈ ਹੁੰਦੀ, ਧੜੇ ਉਦੋਂ ਬਣਦੇ ਨੇ। ਅੱਜ ਵੀ ਦੇਖੋ ਜਾ ਕੇ ਝੂਠੋ ਝੂਠ ਨਿਰੇ ਝੂਠ ਚਿਹਰੇ ਨੇ। ਅਤੇ ਮੈਂ ਉਹਨੂੰ ਕਿਹਾ ਉੱਠਿਓ ਨਾ, ਕਿਹਾ ਜੀ ਸੱਤ ਵਚਨ ਅਸੀਂ ਤੁਹਾਡੀ ਬਹੁਤ ਕਦਰ ਕਰਦੇ, ਧੰਨਵਾਦ ਪ੍ਰਧਾਨ ਮੰਤਰੀ ਜੀ, ਅਸੀਂ ਆ ਰਹੇ ਹਾਂ, ਸਾਨੂੰ ਲਿਖ ਕੇ ਦੇ ਦਿਓ ਅਤੇ ਬਿੱਲ ਪਾਸ ਕਰਵਾ ਦਿਓ, ਅਸੀਂ ਚਲੇ ਜਾਂਦੇ। ਮੈਂ ਕਿਹਾ ਉੱਠਿਓ ਉਹਨਾਂ ਤੋਂ ਤੱਕ, ਨਹੀਂ ਹਟੇ ਜੀ। ਸ਼ਾਇਦ ਤੁਹਾਨੂੰ ਯਾਦ ਹੋਊਗਾ ਮੈਂ ਬਾਰ ਬਾਰ ਇਹ ਗੱਲ ਸਟੇਜ 'ਤੇ ਕਹਿੰਦਾ ਰਿਹਾ, ਔਰ ਮੈਂ ਕਿਹਾ ਮੇਰੇ ਝੱਗੇ ਖਿੱਚਦੇ ਰਹੇ ਸਟੇਜ 'ਤੇ, ਮੈਨੂੰ ਪਿੱਛੋਂ ਚੂੰਡੀਆਂ ਮਾਰਦੇ ਰਹੇ ਆ ਨਾਲ ਦੇ ਜਿਹੜੇ ਚਮਚੇ ਅਦਵਾਨੀ ਦੇ ਦਲਾਲ ਜੇ ਖੜ੍ਹੇ ਕਰ ਰੱਖੇ ਸੀ। ਅਤੇ ਮੈਂ ਤਾਂ ਇੱਕ ਦਿਨ ਕਿਹਾ ਸੀ, ਮੈਂ ਕਿਹਾ ਵੀ 500 ਬੰਦੇ ਦੀ ਫੌਜ ਲੈ ਕੇ ਜਾਣਾ ਹੁਣ ਸਟੇਜ 'ਤੇ, ਅਤੇ ਜਿਹੜਾ ਜਿਹਨੇ ਝੱਗਾ ਖਿੱਚਿਆ ਚਪੇੜਾ ਪੈਣਗੇ, ਵਿੱਚ ਇਹ ਕੁੱਟਣੇ ਨੇ। ਅਸੀਂ ਪ੍ਰੋਗਰਾਮ ਬਣਾਈ ਬੈਠੇ ਸੀ, ਉਨੀ ਦੇਰ ਨੂੰ ਮੋਦੀ ਜੀ ਨੇ ਕੰਮ ਹੀ ਕਰਤਾ, ਠੀਕ ਹੈ। ਸੋ ਮੈਂ ਸਮਝਦਾ ਕਿ ਗੱਲ ਅੱਜ ਵੀ ਇੱਕ ਮੂਰਾ, ਹੁਣ ਭਗਵੰਤ ਮਾਨ ਬੋਲਿਆ ਉਹ ਸਦਕੇ ਜਾਵਾਂ ਜੱਟ ਦੇ, ਕੱਲ੍ਹ ਉਹਨੇ ਬਿਆਨ ਦਿੱਤਾ, ਮੈਂ ਤਾਂ ਆਸ਼ਿਕ ਹੋ ਗਿਆ। ਔਰ ਮੈਨੂੰ ਯਕੀਨ ਹੈ ਕਿ ਉਹ ਸਾਰੇ ਮੰਤਰੀ ਮੰਡਲ ਨੂੰ ਲੈ ਕੇ, ਕੈਬਨਿਟ ਨੂੰ ਲੈ ਕੇ ਮੈਂ ਨਾਲ ਤੁਰੂੰਗਾ, ਸਾਰਾ ਪੰਜਾਬ ਨਾਲ ਤੁਰੂੰਗਾ, ਆਪਾਂ ਜਾ ਕੇ ਬੇਨਤੀ ਕਰਕੇ ਲਿਖਵਾ ਲਿਆ, ਮੈਂ ਕਿਹਾ ਲਿਖ ਦੇਣਗੇ। ਲੇਕਿਨ ਇੱਕ ਮੰਗਣ ਦਾ ਅਦਾ ਹੁੰਦੀ ਹੈ, ਤੇਰੀ ਮਾਂ ਨੂੰ ਤੇਰੀ ਭੈਣ ਨੂੰ ਇਸ ਤਰ੍ਹਾਂ ਥੋੜ੍ਹਾ ਹੁੰਦਾ ਹੁੰਦਾ, ਤੁਸੀਂ ਕੋਈ ਗੱਲ ਮਨਾਉਣੀ ਹੈ ਆਪਦੇ ਬੰਦੇ ਭੇਜੋ, ਇਹਨਾਂ ਨੂੰ ਤਾਂ ਅੱਗੇ ਉਹਨੂੰ ਗੱਲ ਨਹੀਂ ਕਰਨੀ ਆਉਂਦੀ। ਜਦ ਤੱਕ ਪੰਜਾਬ ਅੰਦੋਲਨ ਕਿਸਾਨਾਂ ਦਾ ਚੱਲਦਾ ਅਤੇ ਕਿਸਾਨਾਂ ਦੇ ਹੱਥ ਹੈ, ਇਹਨਾਂ ਦੇ ਆਗੂਆਂ ਦੇ ਹੱਥ ਹੈ, ਇਹ ਲੀਡਰਾਂ ਦੇ, ਇਹ ਜਦ ਤੱਕ ਬਾਹਰ ਕੱਢ ਕੇ ਸਿੱਟਦੇ ਨਹੀਂ, ਅਤੇ ਇੱਕ ਲੀਡਰ CM ਨੂੰ ਲੈ ਚੱਲਣ ਨਾਲ, ਅਤੇ ਜਿਹਨੂੰ ਕਹੋ ਨਾਲ ਜਾ ਕੇ ਸਾਰਾ ਕੰਮ ਇਹਨਾਂ ਦਾ ਹੋ ਜਾਊਗਾ। ਪਰ ਜਦ ਤੱਕ ਇਹ ਬੈਠੇ ਨੇ ਤਦ ਤੱਕ ਕੰਮ ਨਹੀਂ ਹੋਣਾ, ਕਿਉਂਕਿ ਉੱਥੇ ਸਿਰਫ ਇਹ ਪੈਸੇ ਦੇ ਵਿਕਦੇ ਨੇ, ਇਹ ਜ਼ਮੀਨਾਂ ਨੇ ਖਰੀਦਣੀਆਂ, ਪੈਸੇ ਖਰੀਦੇ ਨੇ। ਪਿਛਲੀ ਵਾਰੀ ਵੀ ਇਹਨਾਂ ਨੂੰ ਕਹਿਣ ਦੇ ਬਾਵਜੂਦ ਉੱਠ ਕੇ ਉੱਥੋਂ ਵਾਪਸ ਆ ਗਏ, ਅਤੇ ਮੈਂ ਕਿਹਾ ਸੀ ਇਹ ਨਾ ਤੁਹਾਡੇ ਬਿੱਲ ਮੰਨੇ ਜਾਣੇ ਨੇ, ਨਾ ਤੁਹਾਨੂੰ ਲਿਖ ਕੇ ਹੁਣ ਦੇਣਾ ਕਿਸੇ ਨੇ, ਅਤੇ ਅਗਲੀ ਵਾਰੀ ਜਾਊਂਗੇ ਤੁਹਾਡੇ ਛਿੱਤਰ ਪੈਣਗੇ ਅਤੇ ਪੈ ਰਹੇ ਆ। ਇਹ ਛਿੱਤਰ, ਇਹ ਗੋਲੀਆਂ, ਇਹ ਗੈਸ ਦੇ ਜਿਹੜੇ ਹੰਝੂ ਨੇ, ਇਹ ਇਹਨਾਂ ਆਗੂਆਂ ਦੇ ਵੱਜਣੇ ਚਾਹੀਦੇ। ਅੱਗੇ ਹੋ ਕੇ ਗੋਲੀ ਖਾ ਕੇ ਮਰਨ, ਸ਼ਹੀਦ ਹੋਣ ਤਾਂ ਸਵਾਦ ਹੈ, ਲੇਕਿਨ ਨਹੀਂ, ਨੌਜਵਾਨ ਮੁੰਡੇ ਤੁਹਾਡੇ ਵਰਗੇ, ਇਹਨਾਂ ਵਰਗੇ, ਇਹ ਅੱਗੇ ਭੇਜ ਕੇ ਮਰਵਾਉਣੇ ਆ, ਆਪ ਗੱਡੀਆਂ 'ਚ ਬਹਿਣਾ। ਤੁਸੀਂ ਇਹਨਾਂ ਨੂੰ ਆਗੂ ਕਹਿੰਦੇ ਹੋ, ਗੁਰੂ ਗੋਬਿੰਦ ਸਿੰਘ ਜੀ ਅੱਗੇ ਹੋ ਕੇ ਲੜਦੇ ਰਹੇ ਹੈ, ਬਾਬਾ ਦੀਪ ਸਿੰਘ ਜੀ ਅੱਗੇ ਹੋ ਕੇ ਲੜਦੇ ਰਹੇ ਹੈ, ਹੈ ਜੀ ਮੁਗਲਾਂ ਨਾਲ ਟਾਕਰਾ ਕੀਤਾ, ਜ਼ਬਰਦਸਤ ਜੰਗ ਕੀਤੀ ਹੈ, ਇਹ ਨਹੀਂ ਤੁਸੀਂ ਕਾਹਦੇ ਆਗੂ ਹੋ, ਤੁਸੀਂ ਭੱਜਿਆ ਹੈ ਉੱਦਣ ਚੱਲੇ ਗੋਲੇ ਅਤੇ ਨਾਲ 2000 ਬੰਦਾ ਖਿੱਚ ਲਿਆ ਹੈ। ਸੋ ਮੈਂ ਕਹਿੰਦਾ ਕਿ ਜੋ ਕਿਸਾਨੀ ਅੰਦੋਲਨ ਦਾ ਅੱਜ ਹਾਲ ਹੈ, 1917 ਦੇ ਵਿੱਚ ਜਦ ਅੰਦੋਲਨ ਹੋਇਆ, ਜਦ ਅੰਗਰੇਜ਼ਾਂ ਨੇ ਇਹੀ ਬਿੱਲ ਪਾਸ ਕੀਤੇ ਸੀ, ਉਦੋਂ ਭਗਤ ਸਿੰਘ ਦੇ ਚਾਚਾ ਜੀ ਜੀਤ ਸਿੰਘ ਹੋਣਾ ਨੇ ਅੰਦੋਲਨ ਕੀਤਾ ਸੀ, ਦਿੱਲੀ 'ਚ ਟਰੈਕਟਰ ਲੈ ਗਏ, ਸ਼ਾਂਤੀ ਸੰਪੂਰਨ ਤੋਂ ਬਿੱਲ ਕੈਂਸਲ ਕਰਵਾਤੇ, ਉਹਨੂੰ ਸਮਝ ਆ ਗਈ ਗੱਲ ਦੀ। ਸੋ ਬਿੱਲ ਹੁਣ ਵੀ ਕੈਂਸਲ ਹੋਏ ਨੇ, ਸੋ ਲਿਖਤ ਦੀ ਗੱਲ ਹੈ। ਅਤੇ ਮੈਂ ਤਾਂ ਸਰਕਾਰ ਨੂੰ ਵੀ ਕਹਿੰਦਾ, ਸੈਂਟਰ ਨੂੰ ਵੀ, ਇਹ ਕਿਹੜਾ ਆਪਣੀ ਜੇਬ 'ਚੋਂ ਜਾਂਦਾ ਹੈ, ਇਹ ਤਾਂ ਪਬਲਿਕ ਦੇ ਟੈਕਸ ਦਾ ਪੈਸਾ ਹੈ, ਉਹ ਤੁਸੀਂ ਦੇਣਾ ਹੈ, ਪਬਲਿਕ ਦਾ ਪੈਸਾ ਪਬਲਿਕ ਨੂੰ ਮੋੜ ਦਿਓ, ਗੱਲ ਖਤਮ ਹੋ ਗਈ, ਇੰਨੀ ਗੱਲ ਹੈ। ਕਾਫੀ ਗੱਲਾਂ ਇਹ ਹੁੰਦੀਆਂ ਵੀ ਹੈਗੀਆਂ ਕਿ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈਗਾ, ਇਹ ਤੁਸੀਂ ਮੰਨਦੇ ਹੋ ਗੱਲ ਨੂੰ? ਪੰਜਾਬ ਨੂੰ ਤਾਂ ਟਾਰਗੇਟ ਉਦੋਂ ਦਾ ਕੀਤਾ ਜਾਂਦਾ ਜਦ ਤੱਕ ਗੁਰੂ ਨਾਨਕ ਦੇਵ ਜੀ ਨੇ ਤਿਲਕ ਨਹੀਂ ਲਾਇਆ ਅਤੇ ਆਪਣਾ ਜਨੇਊ ਨਹੀਂ ਪਾਇਆ, ਉਦੋਂ ਦਾ ਰੌਲਾ ਪੈਂਦਾ ਹੈ। ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਰੌਲਾ ਪੈਂਦਾ ਹੈ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਉੱਤੇ ਇੰਨੀ ਭੀੜ ਪਈ ਹੈ, ਅੱਜ ਤੱਕ ਪੰਜਾਬ ਦਾ ਕੋਈ ਬਾਲ ਨਹੀਂ ਵੰਗਾ ਕਰ ਸਕਿਆ। ਪਾਕਿਸਤਾਨ ਕਿਹਨੇ ਬਣਾਇਆ, ਕਿੱਡਾ ਵੱਡਾ ਪੰਜਾਬ ਸੀ ਆਪਣੇ ਕੋਲ, ਕਿਹਨੇ ਬਣਵਾਇਆ, ਗੋਰੇ ਬਣਵਾ ਕੇ ਗਏ, ਇਹਨਾਂ ਨੇ ਬਣਵਾਇਆ, ਆ ਗਾਂਧੀ ਹੋਣਾ ਨੇ, ਨਹਿਰੂ ਹੋਣਾ ਨੇ,
ਇਹ ਜੀ ਬੈਠ ਕੇ ਸਾਡੇ ਸਿੱਖ ਵੀ ਗਏ ਆਪਦਾ ਤੁਸੀਂ ਹਿੱਸਾ ਲੈ ਲਓ, ਮਾਸਟਰ ਤਾਰਾ ਸਿੰਘ ਵਿਕ ਗਿਆ ਉੱਥੇ ਜਾ ਕੇ। ਸਾਡੇ ਤਾਂ ਲੀਡਰ, ਸਾਡੇ ਕਾਂਗਰਸੀਏ, ਸਾਡੇ ਜਿੰਨੇ ਅਕਾਲੀ ਦਲ ਲੀਡਰਸ ਜਿੰਨੇ ਵੀ ਨੇ ਸਾਰੇ ਇਹ ਵਿਕੇ ਨੇ ਮਹਾਰਾਜ। ਇਹ ਤਾਂ ਜਾ ਕੇ ਆਪਣੀਆਂ ਪੱਗਾਂ ਰੱਖ ਦਿੰਦੇ ਨੇ ਉੱਥੇ, ਕਿਉਂਕਿ ਡਾਂਗ ਚੱਕੀ ਵੀ ਉਹਨਾਂ ਨੇ, ਸ਼ਤਰੌਲਾ ਫਿਰਦਾ ਇਹਨਾਂ ਦਾ, ਕਦੇ ਈਡੀ ਆ ਗਿਆ, ਕਦੇ ਖੋਈ ਆ ਗਿਆ, ਅਤੇ ਜਿਹਨੇ ਹਰਾਮ ਦੀ ਕਮਾਈ ਕੀਤੀ ਹੋਊਗੀ ਉਹ ਤਾਂ ਫਿਰ ਡਰੂਗਾ ਨਾ। ਸ਼ਸਤਰ ਕੌਣ ਨਹੀਂ ਸੁੱਟਦਾ ਜਿਹੜਾ ਫਕੀਰ ਹੈ, ਲੈ ਮੇਰਾ ਵਿਗਾੜਨਾ ਜਿਹੜਾ ਵਿਗਾੜਨਾ, ਮੇਰਾ ਕੋਈ ਨਾ ਰੁਪਈਆ ਨਾ ਅਤੇ ਧੁਪਈਆ, ਨਾ ਕੋਈ ਮੇਰੀ ਚੋਰੀ, ਨਾ ਮੇਰੀ ਕੋਈ ਗੱਲ। ਅਤੇ ਗੁਰੂ ਸਾਹਿਬ ਵੀ ਇੱਦਾਂ ਦੇ ਸੀ, ਸਿੰਘ ਵੀ ਸਾਡੇ ਇੱਦਾਂ ਦੇ ਹੈ, ਅਤੇ ਪੰਜਾਬ ਦੇ ਲੋਕ ਵੀ ਇੱਦਾਂ ਦੇ, ਮਿਹਨਤ ਕਰਕੇ ਰੋਟੀ ਖਾਂਦੇ ਆ। ਡਰਦਾ ਕੌਣ ਹੈ? ਚੋਰ। ਸਿਕਿਉਰਿਟੀ ਕੌਣ ਰੱਖਦਾ? ਠੱਗ। ਵੀ ਹਾਏ ਕਿਤੇ ਮੈਨੂੰ ਕੋਈ ਮਾਰ ਰਿਹਾ, ਵੇਖੀ ਤੁਸੀਂ ਮਰ ਜਾਓ ਮੈਂ ਬਚ ਜਾ, ਇਹਨਾਂ ਦਾ ਹਾਲ ਹੈ। ਆਹੀ ਸਾਡੇ ਆਗੂਆਂ ਦਾ ਹਾਲ ਹੈ, ਆ ਫਾਰਮਰਾਂ ਦਾ। ਸਾਡੇ ਮੁੰਡੇ, ਸਾਡੇ ਕਿਸਾਨਾਂ ਨੂੰ ਓਏ ਹੋਏ। ਮੈਂ ਕੱਲ੍ਹ, ਅਸੀਂ ਪਰਸੋਂ ਅੰਮ੍ਰਿਤਸਰ ਜਾ ਰਹੇ ਸੀ, ਸੜਕ 'ਤੇ ਬੈਠੇ ਸੀ, ਉਹ ਫੈਕਟਰੀ ਉੱਥੇ ਲਾ ਰਹੇ ਆ, ਅਤੇ ਉਹ ਜੀ ਉੱਥੇ ਬਜ਼ੁਰਗ 90-90 ਸਾਲ ਦੇ ਬੈਠੇ, ਬੀਬੀਆਂ ਬੈਠੀਆਂ, ਉਹਨਾਂ ਨੇ ਮੈਨੂੰ ਜੱਫੀ ਪਾ ਲਈ। ਮੈਂ ਰੋ ਪਿਆ ਤਾਹਾਂ ਮਾਰ ਕੇ, ਬਾਪੂ ਮੈਂ ਕਿਹਾ ਮੈਂ ਕੀ ਕਰਾਂ, ਮੈਂ ਦਿਲ ਕਰਦਾ ਮੈਂ ਨਾ ਮਰ ਜਾਂ। ਉਹ ਮਾਤਾਵਾਂ ਆ ਗਈਆਂ ਉੱਠ ਕੇ, ਮੇਰੇ ਤੋਂ ਸਹਿ ਸੁਭਾ ਕੇ ਗੱਲ ਕਹੀ ਗਈ। ਮੈਂ ਕਿਹਾ ਪਰਮਾਤਮਾ ਆਹ ਗਰੀਬਾਂ ਦਾ ਕੁਛ ਤਾਂ ਖਿਆਲ ਕਰ, ਓਏ ਜੇ ਇਹ ਨਾ ਤੂੰ ਇਨਸਾਫ ਜਲਦੀ ਕੀਤਾ ਨਾ ਇਹਨਾਂ ਦਾ, ਤਾਂ ਮੈਂ ਕਿਹਾ ਫਿਰ ਤੂੰ ਵੀ ਇਹਨਾਂ ਦੇ ਹੰਝੂਆਂ 'ਚ ਡੁੱਬ ਕੇ ਰੋਏਗਾ। ਇਹ ਮੈਂ ਉਹ ਪਰਸੋਂ ਗੱਲ ਕਹਿ ਕਿਹਾ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਧਰਮ ਦੀ ਤੁਸੀਂ ਗੱਲ ਕਰਦੇ ਹੋ, ਜਿਸ ਧਰਮ 'ਚ ਦਇਆ ਹੀ ਹੈ ਨਹੀਂ ਉਹ ਧਰਮ ਕਰਦਾ ਹੈ। ਧਰਮ ਤਾਂ ਸ਼ੁਰੂ ਦਇਆ ਤੋਂ ਹੁੰਦਾ, ਤੌਲ ਧਰਮ ਦਇਆ ਕਾ ਪੂਤ। ਉਹ ਇੰਨੀ ਦਇਆ ਤਾਂ ਕਰ ਲਓ ਕਿ ਫਾਰਮਰ ਵਿਚਾਰੇ, ਇਹ ਗਰੀਬ ਨੇ ਜ਼ਮੀਨਾਂ ਵਾਹੁੰਦੇ ਰਹੇ ਸਦੀਆਂ ਤੋਂ, ਪੁਸ਼ਤਾਂ ਤੋਂ, ਇਹਨਾਂ ਦੀਆਂ ਚੀਜ਼ਾਂ ਨਾ ਖੋ। ਮਹਾਭਾਰਤ ਕਿਉਂ ਹੋਈ? ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਭਾਈ ਅੱਧ ਅੱਧੀ ਜਗ੍ਹਾ ਇਹਨੂੰ ਦੇ ਦਿਓ, ਅੱਧੀ ਤੁਸੀਂ ਰੱਖ ਲਓ, ਇਹ ਪੰਜ ਬੰਦੇ ਆ। ਫਿਰ ਨਾ ਮੰਨਿਆ ਕਿ ਉਹ ਕਹਿੰਦੇ ਪੰਜ ਪਿੰਡ ਦੇ ਦਿਓ, ਜਦ ਨਾ ਮੰਨੇ ਫਿਰ ਕ੍ਰਿਸ਼ਨ ਮਹਾਰਾਜ ਕਹਿੰਦੇ ਲੈ ਮੈਂ ਰੱਥ 'ਤੇ ਬੈਠਦਾ ਕਿ ਅਰਜੁਨ ਆ ਹੁਣ ਜਾ ਇਹਨਾਂ ਦਾ ਹਿਸਾਬ ਕਿਤਾਬ ਕਰੀਏ। ਫਿਰ ਕੀ ਹੋਇਆ? ਅਲਟੀਮੇਟਲੀ ਹਿੰਦੁਸਤਾਨ ਦੀ ਸੱਭਿਆਚਾਰ ਹੈ ਕਿ ਜਦ ਜਦ ਜ਼ੁਲਮ ਹੋਇਆ ਉਸ ਜ਼ੁਲਮ ਨੂੰ ਮਿਟਾਉਣ ਵਾਸਤੇ ਪੰਜਾਬੀ ਅੱਗੇ ਆਏ, ਇਸ ਕਰਕੇ ਪੰਜਾਬੀ ਮਾੜੇ ਲੱਗਦੇ ਆ। 90% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਵੀ ਦੇਣਗੇ। ਇਤਿਹਾਸ ਲਿਖਿਆ ਜਾਊਗਾ, ਇੱਕ ਟਾਈਮ ਆਊਗਾ ਜਦ ਸਿੱਖ ਰਾਜ ਹੋਊਗਾ। ਲੇਕਿਨ ਮੈਂ ਚਾਹੁੰਦਾ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਿਲ ਕੇ ਤੁਰੇ ਹਾਂ, ਅੱਜ ਨਹੀਂ ਤੁਰ ਸਕਦੇ, ਅੱਜ ਕੀ ਹੋ। ਸੋ ਇਸ ਗੱਲ ਦਾ ਰੋਣਾ ਤਾਂ ਆਉਂਦਾ, ਦੁੱਖ ਤਾਂ ਹੈ, ਪਰ ਇਹ ਗੱਲ ਵੀ ਸੱਚ ਹੈਗੀ ਹੈ ਕਿ ਚਾਹੇ ਜਿੰਨੀਆਂ ਵੀ ਮੁਸੀਬਤਾਂ ਪੰਜਾਬ ਦੇ ਉੱਤੇ ਆਈਆਂ ਹੋਣ, ਪੰਜਾਬ ਨੇ ਓਨੀ ਹੀ ਮਜ਼ਬੂਤੀ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਹੈਗਾ, ਡਟ ਕੇ ਖੜ੍ਹੇ ਆ ਉਹਦੇ ਸਾਹਮਣੇ, ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ ਹੈਗੇ ਆ, ਅਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਇਹਨਾਂ ਨੇ। ਅਤੇ ਸਰ ਗੱਲ ਕਰਦੇ ਹੈਗੇ ਹਾਂ ਅਸੀਂ ਜਿਹਦੇ ਲਈ ਇਕੱਠੇ ਹੋਏ ਹੈਗੇ ਹਾਂ, ਮੂਵੀ ਦੇਖੋ। ਮੈਂ ਫਿਰ ਕਹਿੰਦਾ ਪ੍ਰਮੋਸ਼ਨ ਅਸੀਂ ਜ਼ਰੂਰ ਕਰ ਰਹੇ ਹਾਂ, ਦਿਲ ਸਾਡਾ ਉੱਥੇ ਫਸਿਆ ਰਿਹਾ। ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਅਤੇ ਮੈਂ ਅੱਜ ਵੀ ਉੱਥੇ ਖੜ੍ਹਾਂ। ਲੇਕਿਨ ਮੈਂ ਪੰਜਾਬ ਦੇ ਕਿਸਾਨਾਂ ਨੇ ਗੱਲ ਕਹੀ ਹੈ, ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਗੱਲ ਕਹੀ ਹੈ, ਆਗੂ ਬਾਹਰ ਕੱਢ ਦਿਓ। ਹੁਣ ਟਕੈਤ ਵੀ ਤਾਂ ਹੈਗਾ, ਟਕਾ ਕੇ ਤੁਰਦਾ ਕਿ ਨਹੀਂ ਅੱਗੇ? ਸਭ ਤੋਂ ਪਹਿਲਾਂ ਟਰੈਕਟਰ ਉਹਦਾ ਗਿਆ ਹੁੰਦਾ, ਹੁਣ ਉਹ ਨਿਓਡਾ ਇਹਨੇ ਸਭ ਤੋਂ ਅੱਗੇ ਤੁਰਿਆ ਫਿਰਦਾ, ਤਾਂ ਥਾਪੜ ਮਾਰ ਕੇ ਗੱਲ ਕਰਦਾ, ਅਤੇ ਇਹਨਾਂ ਨੂੰ ਕੀ ਹੋ ਜਾਂਦਾ? ਇਹ ਕੀ ਚੀਮੀ ਚੀਮੀ ਜੀ, ਹੈ ਜੀ ਹੈ ਜੀ, ਕਿਉਂਕਿ ਉਹ ਕਿਉਂਕਿ ਇਹਨਾਂ ਕੋਲ ਠੱਗ ਚੋਰੀ ਉਹਨਾਂ ਕੋਲ ਹਿਸਾਬ ਹੈ ਸਾਰਿਆਂ ਦੀ ਫਾਈਲਾਂ, ਇਹ ਸਾਰੇ ਕਿਉਂ ਰਲ ਗਏ ਉੱਥੇ? ਈਡੀ ਆ ਗਿਆ, ਹੈ ਮਾਈ ਬਾਪ। ਉਹ ਇਹ ਤਾਂ ਤੁਸੀਂ ਤੱਕ ਇਹਨਾਂ ਦਾ ਹਾਲ ਦੇਖੋ ਤੇ ਜਾ ਕੇ ਕੀ ਕਰਦੇ ਆ ਇਹ, ਇਹ ਤਾਂ ਪਤਾ ਨਹੀਂ ਆਪਣੇ ਪੰਜਾਬੀਆਂ ਨੂੰ। ਬਾਹਰ ਆ ਕੇ ਬੜੀ ਬੜਕ ਮਾਰਨਗੇ ਤੁਹਾਡੇ ਕੋਲ, ਪ੍ਰੈਸ ਆਹ ਚੱਕ ਤੇ ਅਸੀਂ ਕਿਹਾ ਯੇ ਹੈ ਫਲਾਨਾ, ਅਤੇ ਅੰਦਰ ਬਹਿ ਕੇ ਤੁਹਾਨੂੰ ਵੀ ਪਤਾ ਕੀ ਹੁੰਦਾ। ਸੋ ਜਿਹੜਾ ਬੰਦਾ ਆਪਦੇ ਘਰਦਿਆਂ ਨੂੰ ਵੇਚੇ ਉਹ ਕੋਈ ਆਗੂ ਹੁੰਦਾ ਹੁੰਦਾ, ਉਹਨੂੰ ਤਾਂ ਵੱਢ ਕੇ ਪਾਸੇ ਸੁੱਟ ਦੇਣਾ ਚਾਹੀਦਾ। ਮੈਂ ਤਾਂ ਜੀ ਅੱਜ ਇਹਨਾਂ ਨੂੰ ਸਾਰੇ ਪੰਜਾਬ ਵਾਲੇ ਪਾਸੇ ਕਰ ਦੇਣਾ, ਅਤੇ ਆਪਾਂ ਅੱਜ ਵੀ ਇਸ ਗੱਲ ਨੂੰ ਸੰਪੂਰਨ ਤਰੀਕੇ ਪਿਆਰ ਨਾਲ ਸਿਰੇ ਚੜ੍ਹਾ ਦਿਆਂਗੇ। ਫਿਲਮ ਆ ਰਹੀ ਹੈਗੀ, ਨਵੇਕਲਾ ਜਿਹੜਾ ਕੰਸੈਪਟ ਹੈਗਾ, ਨਵੇਕਲਾ ਸਬਜੈਕਟ ਹੈਗਾ, ਅਤੇ
ਇਹੋ ਜਿਹੇ ਇਨੀਸ਼ੀਏਟਿਵ ਬਹੁਤ ਘੱਟ ਲਏ ਗਏ ਹੈਗੇ। ਮੈਨੂੰ ਲੱਗਦਾ ਇਹ ਪਹਿਲਾ ਹੀ ਇਨੀਸ਼ੀਏਟਿਵ ਹੈ ਜਿਹਦੇ ਵਿੱਚ ਹੋਰਰ ਅਤੇ ਕਮੇਡੀ ਨੂੰ ਮਿਕਸ ਕੀਤਾ ਗਿਆ ਹੈਗਾ। ਅਤੇ ਇਸ ਫਿਲਮ ਦੇ ਵਿੱਚ ਯੋਗਰਾਜ ਸਰ ਤਾਂ ਹੈਗੇ ਨੇ, ਹੋਰ ਵੀ ਜਿਹੜੇ 51-52 ਆਰਟਿਸਟ ਮੈਨੂੰ ਲੱਗਦਾ ਵਿੱਚ ਇਸ ਫਿਲਮ ਦੇ ਵਿੱਚ 54 ਆਰਟਿਸਟ ਇਸ ਫਿਲਮ ਦੇ ਵਿੱਚ ਹੈਗੇ ਨੇ। ਅਤੇ ਸਰ ਫਿਲਮ ਦੇ ਬਾਰੇ, ਜਰਨੀ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇੰਨੇ ਆਰਟਿਸਟ ਪੰਜਾਬੀ ਕਲਾਕਾਰ, ਮਤਲਬ ਪੰਜਾਬੀ ਤਾਂ ਪੰਜ ਬਹਿ ਜਾਣ ਤਾਂ ਇੱਕ ਘੰਟੇ ਦੇ ਵਿੱਚ ਛਿਤਰੋ ਛਿਤਰੀ ਹੋ ਜਾਂਦੇ ਆ, ਪਰ ਇਹ 3 ਸਾਲ ਕਲਾਕਾਰਾਂ ਨੇ ਕੰਮ ਕਰਕੇ ਫਿਲਮ ਨੂੰ ਸਿਰੇ 'ਤੇ ਚੜ੍ਹਾਇਆ, ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ। ਫਿਲਮ ਹੋਰਰ ਕਾਮੇਡੀ ਬਣੀ ਹੈ, ਹਾਂ ਮੈਂ ਆਪਣੇ ਬਾਰੇ ਦੱਸ ਸਕਦਾ, ਬਾਕੀਆਂ ਜਿਹਨਾਂ ਮੈਂ ਕੰਮ ਕੀਤਾ ਹੈ, ਜਦ ਮੈਂ ਕਿਰਦਾਰ ਕਰ ਰਿਹਾ ਸੀ ਤਾਂ ਮੈਨੂੰ ਇਹ ਲੱਗ ਰਿਹਾ ਸੀ ਮੈਨੂੰ ਕਿਸੇ ਸਾਥੀ ਦੀ ਕਮੀ ਹੈ। ਉਦੋਂ ਤੱਕ ਅਨੀਤਾ ਜੀ ਦਾ ਰੋਲ ਨਹੀਂ ਸੀ ਸੁਣਾਇਆ ਗਿਆ, ਅਤੇ ਫਿਰ ਮੈਨੂੰ ਰਾਜੂ ਨੇ ਕਿਹਾ ਵੀ ਬਾਪੂ ਜੀ ਐਂ ਕਰਕੇ ਗੱਲ ਹੈ। ਮੈਂ ਕਿਹਾ ਯਾਰ ਮੈਂ ਇੱਕੋ ਗੱਲ ਹੈ ਕਿ ਜਿਸ ਲੈਵਲ 'ਤੇ ਤੂੰ ਮੇਰਾ ਲਿਖ ਰਿਹਾ ਕੈਰੈਕਟਰ, ਉਸੇ ਲੈਵਲ 'ਤੇ ਤੂੰ ਅਨੀਤਾ ਦੇਵਗਨ ਜੀ ਨੂੰ ਲੈ ਜਾ, ਉਹ ਬਹੁਤ ਵੱਡੇ ਕਲਾਕਾਰ ਨੇ ਅਤੇ ਆਪਾਂ ਗਾਹ ਪਾ ਦਿਆਂਗੇ ਸਕਰੀਨ 'ਤੇ। ਸੋ ਉਹੀ ਗੱਲ ਹੋਈ, ਮੈਂ ਸਮਝਦਾ ਕਿ ਉਹ ਜਿਹੜਾ ਦੋ ਕਰੈਕਟਰਾਂ ਦਾ ਲਵ ਐਂਡ ਹੇਟ ਰਿਲੇਸ਼ਨਸ਼ਿਪ ਹੈ, ਉਹ ਬੜਾ ਕਮਾਲ ਦਾ ਇਸ ਫਿਲਮ ਦੇ ਵਿੱਚ। ਬਾਕੀ ਸਾਰੇ ਕਿਰਦਾਰਾਂ ਨੇ ਬਹੁਤ ਚੰਗਾ ਕੰਮ ਕੀਤਾ, ਇਹ ਵੀ ਤੁਹਾਨੂੰ ਪਤਾ ਲੱਗੂਗਾ ਵੀ ਆਹ ਜਿਹੜੇ ਡੇਰੇਵਾਦ ਨੇ, ਆਹ ਜਿਹੜੇ ਤਾਂਤਰਿਕ ਨੇ, ਯੇ ਵੋ ਐਵੇਂ, ਇਹ ਗੱਲਾਂ ਹੀ ਨੇ, ਕੋਈ ਐਡੀ ਗੱਲ ਹੈ ਨਹੀਂ। ਜਿਹੜਾ ਬਾਣੀ ਨਾਲ ਜੁੜਿਆ ਉਹਨੂੰ ਤਾਂਤਰਿਕ ਵਿੱਦਿਆ ਅਤੇ ਡੇਰੇਵਾਦ ਕੁਛ ਨਹੀਂ ਕਹਿੰਦਾ। ਸੋ ਕਾਫੀ ਕੁਛ ਸਿੱਖਣ ਨੂੰ ਇਸ ਫਿਲਮ ਦੇ ਵਿੱਚ, ਔਰ ਸਿੱਖਣਾ ਵੀ ਹਾਸੇ ਦੇ ਵਿੱਚੋਂ। ਕਹਿੰਦੇ ਕਿ ਸਿੱਖਿਆ ਮਿਲੇ ਅਤੇ ਨਾਲੇ ਖਾਸਾ ਹੋਵੇ ਤਾਂ ਫਿਰ ਉਹ ਦਿਲ ਨੂੰ ਗੱਲ ਲੱਗਦੀ ਹੈ, ਬੰਦਾ ਫਿਰ ਉਹਨੂੰ ਆਪਣੇ 'ਚ ਅਜ਼ਮਾ ਕੇ ਅਤੇ ਆਪਣੇ ਵਿੱਚ ਰੱਖ ਕੇ ਫਿਰ ਆਪਣੀ ਜ਼ਿੰਦਗੀ ਪ੍ਰਫੁੱਲਿਤ ਕਰਦਾ ਹੈ। ਸਰ ਜਦੋਂ ਇਹ ਫਿਲਮ ਤੁਹਾਨੂੰ ਸੁਣਾਈ ਗਈ ਰਾਜੂ ਵਰਮਾ ਹੋਰਾਂ ਵੱਲੋਂ, ਜਦੋਂ ਤੁਹਾਨੂੰ ਫਿਲਮ ਸੁਣਾਈ ਗਈ ਅਤੇ ਜਦੋਂ ਉਹਨਾਂ ਨੇ ਟਾਈਟਲ ਦੱਸਿਆ ਹੋਣਾ ਵੀ ਬੂਮ ਮੈਂ ਡਰ ਗਈ, ਤਾਂ ਤੁਸੀਂ, ਤੁਹਾਡਾ ਇਹ ਰਿਐਕਸ਼ਨ ਨਹੀਂ ਸੀਗਾ ਵੀ ਉਹ ਮੇਰੇ ਤੋਂ ਤਾਂ ਵੈਸੇ ਊਂ ਡਰਦੇ ਰਹੇ, ਮੇਰੀ ਬੜਕ ਦੋ, ਤੁਸੀਂ ਮੈਨੂੰ ਕਹੀ ਜਾਂਦੇ ਬੂਮ ਮੈਂ ਡਰ ਗਈ ਰਹਾਂ? ਆਈ ਥਿੰਕ ਇਹ ਬੜੀ ਹਾਸੇ ਵਾਲੀ ਗੱਲ ਹੈ, ਪਰ ਜਦ ਇਹ ਕਿਰਦਾਰ ਕਰ ਰਹੇ ਸੀ ਨਾ, ਅਤੇ ਬੜਾ ਗੁੱਸੇ ਵਾਲਾ ਪਹਾੜ ਸਿੰਘ ਦਾ ਨਾਮ ਹੈ ਕਰੈਕਟਰ ਦਾ, ਅਤੇ ਮੈਨੂੰ ਇਹ ਲੱਗਿਆ ਸ਼ਾਇਦ ਇਸ ਕਰੈਕਟਰ ਨੂੰ ਮੈਂ ਨਾ ਗੁੱਸੇ ਵਿੱਚ ਬੋਲ ਕੇ ਉਸ ਤੋਂ ਬਾਅਦ ਇੱਕ ਹਾਸੇ 'ਚ ਕਨਵਰਟ ਕਰਦੇ ਹਾਂ, ਹੈ ਨਾ। ਉਹ ਇੱਕੋ ਸੀ ਡਾਇਲੋਗ ਦੇ ਵਿੱਚ ਉਹਦੇ 2-3 ਡਾਇਮੈਂਸ਼ਨ ਨੇ, ਚੋਰਾ ਸਾਲਾ ਕਿੱਥੇ ਹੋਈ ਹੈ, ਉਹ ਫਲਾਣਾ ਫਲਾਣਾ, ਯਾਰ ਮੈਂ ਤਾਂ ਵੈਸੇ ਹੀ ਗੱਲ ਕਰਦਾ ਸੀ। ਉਹ ਕਹਿੰਦੀ ਜੀ ਚੋਰ ਨੂੰ ਤੁਸੀਂ ਦੇਖਿਆ ਹੋਣਾ ਵੀ ਚੋਰ ਦੀ ਭੈਣ ਨੂੰ ਗਾਲਾਂ ਨਾ ਕੱਢੋ, ਚੋਰ ਨੂੰ ਕੱਢ ਲਓ, ਇਸ ਤਰ੍ਹਾਂ ਦੇ ਇੱਕ ਇਹ ਲਿਖਤ ਨਹੀਂ ਹੋ ਸਕਦੀ। ਇਹ ਇੱਕ ਲਾਈਨ ਤੁਹਾਨੂੰ ਮਿਲਦੀ ਹੈ, ਤੁਸੀਂ ਲਾਈਨ ਨੂੰ ਬਦਲਾ ਲੈਂਦੇ, ਜਿਵੇਂ ਆਪਾਂ ਹੁਣ ਗੱਲ ਕਰਦੇ। ਸੋ ਮੈਂ ਸਮਝਦਾ ਕਿ ਕਾਮੇਡੀ ਜਿਹੜੀ ਹੈ ਲਿਖੀ ਨਹੀਂ ਜਾ ਸਕਦੀ, ਸਪੋਂਟੇਨਸ ਸੀ, ਤੁਹਾਡੇ ਕੋਲ ਐਕਟਰ ਬੜਾ ਅੱਗੇ ਹੋਵੇ ਚੰਗਾ, ਸਾਡੇ ਕੋਲ ਬੜੇ ਕਮਾਲ ਦੇ ਐਕਟਰ ਨੇ, ਸੰਘ ਹੋਣੀ ਹੈ, ਅਨਮੋਲ ਹੋਣੀ ਹੈ, ਕਮਾਲ ਦੇ ਅਨੀਤਾ ਦੇਵਗਨ ਜੀ, ਸਭ ਕਮਾਲ ਦੇ ਕਲਾਕਾਰ ਨੇ। ਇਹਨਾਂ ਦੀ ਪਰਫੋਰਮੈਂਸ ਹੀ ਐਸੀ ਸੀ ਕਿ ਤੁਸੀਂ ਜਦ ਇਹਨਾਂ ਦੇ ਨਾਲ ਕੰਮ ਕਰਦੇ ਸੀ, ਨੈਚੁਰਲੀ ਤੁਹਾਡੀ ਪਰਫੋਰਮੈਂਸ ਇੱਕ ਹੋਰ ਡਾਇਮੈਂਸ਼ਨ 'ਤੇ ਚਲੀ ਜਾਂਦੀ ਸੀ। ਸੋ ਮੈਂ ਸਮਝਦਾ ਕਿ ਫਿਲਮ ਜਿਹੜੀ ਹੈ ਬੜੀ ਖੂਬਸੂਰਤ ਫਿਲਮ ਹੈ ਔਰ ਬੜੀ ਅਲੱਗ ਫਿਲਮ ਹੈ, ਔਰ ਮੇਰਾ ਦਿਲ ਕਹਿੰਦਾ ਮਹਾਰਾਜ ਕਿਰਪਾ ਕਰਨਗੇ ਵੀ ਇਹ ਫਿਲਮ ਜਿਹੜੀ ਹੈ ਛਪੂਗੀ ਅਤੇ ਗੇਮ ਚੇਂਜਰ ਹੋ ਸਕਦੀ ਹੈ। ਇਸ ਫਿਲਮ ਦੇ ਵਿੱਚ ਜਿਵੇਂ ਹੋਰਰ ਦੀ ਗੱਲ ਆਉਂਦੀ ਹੈਗੀ ਹੈ, ਭੂਤ ਦੀ ਗੱਲ ਆਉਂਦੀ ਹੈਗੀ ਹੈ, ਅਤੇ ਅਸਲ ਜ਼ਿੰਦਗੀ ਵਿੱਚ ਤੁਸੀਂ ਮੰਨਦੇ ਹੈਗੇ ਹੋ? ਕੁਛ ਬੰਦੇ ਮੰਨਦੇ ਵੀ ਹਾਂ ਭੂਤਾਂ ਹੁੰਦੀਆਂ, ਕੁਛ ਬੰਦੇ ਮੰਨਦੇ ਭੂਤਾਂ ਨਹੀਂ ਹੁੰਦੀਆਂ। ਇਹਨੇ ਗੁਰਬਾਣੀ 'ਚ ਲਿਖਿਆ ਭੂਤ ਪ੍ਰੇਤ ਜਿਹੜਾ ਹੈਗਾ ਸਾਰਾ, ਤੁਸੀਂ ਪੜ੍ਹ ਕੇ ਦੇਖੋ, ਜਪਜੀ ਸਾਹਿਬ ਦੇ ਵਿੱਚ ਸਭ ਕੁਛ ਹੈਗਾ, ਆਨੰਦ ਸਾਹਿਬ 'ਚ ਸਭ ਕੁਛ।
ਹਜ਼ਾਰ ਸਾਲ ਭੂਤ ਦੀ ਉਮਰ ਹੈ, ਲੱਖ ਕਾਗਾਂ ਕਰੋੜ ਨਾਗਾਂ ਤੁਸੀਂ ਸੁਣਦੇ ਰਹੇ ਹੋ, ਅਤੇ ਜਿਸ ਜਿਸ ਚੀਜ਼ 'ਤੇ ਬਾਣੀ ਨੇ ਮੋਹਰ ਲਾਤੀ ਉਸ 'ਤੇ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦੀ। ਔਰ ਇਹ ਜੂਨਾਂ ਜਿਹੜੀਆਂ ਹੈਗੀਆਂ ਨੇ ਇਹ ਮਾੜੇ ਕਰਮਾਂ ਦੇ ਇਹਨਾਂ ਨੂੰ ਸਜ਼ਾਵਾਂ ਮਿਲੀਆਂ ਹੋਈਆਂ ਨੇ। ਸੱਪ ਦੀ ਕੂੰਜ ਜਦ ਲੈਂਦੀ ਹੈ ਇਹਨੂੰ ਬੜੀ ਦਰਦ ਹੁੰਦੀ ਹੈ, ਕਹਿੰਦੇ ਮਾਂ ਜਦ 10 ਪੁੱਤਰ ਜੰਮ ਜੇ ਇੰਨੀ ਦਰਦ ਉਹਨੂੰ ਕੂੰਜ ਲਾਈ ਤਾਂ ਹੁੰਦੀ ਹੈ। ਪਤਾ ਹੋਣਾ ਚਾਹੀਦਾ ਕਿ ਜੇ ਮੈਂ ਗੁਰਬਾਣੀ ਪੜ੍ਹਦਾ ਜਾਂ ਜੇ ਮੈਂ ਕੋਈ ਵੀ ਗ੍ਰੰਥ ਪੜ੍ਹਦਾ ਰੱਬ ਦੇ ਨੇੜੇ ਜਾਂਦਾ ਤਾਂ ਇਹ ਚੀਜ਼ਾਂ ਤੁਹਾਨੂੰ ਅਫੈਕਟ ਨਹੀਂ ਕਰਦੀਆਂ। ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਹਿਸਟੋਰੀਕਲ ਗੱਲ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨਾ ਸਿੰਘਾਂ ਨੇ ਆ ਕੇ ਕਿਹਾ ਜੀ ਇਹ ਜਿਹੜੇ ਮੁਗਲ ਨੇ ਨਾ ਇਹ ਕਲਮਾ ਪੜ੍ਹ ਕੇ ਸਾਡੇ 'ਤੇ ਸਿੱਟਦੇ ਨੇ ਅਤੇ ਸਾਡਾ ਲੜਦੇ ਨੇ, ਸਾਨੂੰ ਬਹੁਤ ਨੁਕਸਾਨ ਕਰਦੇ ਸਾਡਾ। ਉਹ ਕਹਿੰਦੇ ਚੰਗਾ ਉਹ ਰਿਹਾ ਤੁਸੀਂ ਐਂ ਕਰੋ ਮੈਂ ਤੁਹਾਨੂੰ ਪਾਠ ਦਿੰਦਾ ਇੱਕ ਬ੍ਰਹਮ ਕਵਚ, ਸ਼ਾਇਦ ਤੁਸੀਂ ਸੁਣਿਆ ਹੋਵੇ, ਉਹ ਪਾਠ ਨੂੰ ਕਰਕੇ ਤੁਸੀਂ ਜਾਇਆ ਕਰੋ, ਇਹ ਸਭ ਸਾਡੇ ਚਿੱਲਰ ਫਿਲਰ ਸਭ ਲੈ ਜਾਣਗੇ। ਉਹੀ ਗੱਲ ਹੋਈ, ਸਿੰਘਾਂ ਨੇ ਪਾਠ ਕਰਨਾ, ਤੁਸੀਂ ਅੱਜ ਵੀ ਬ੍ਰਹਮ ਕਵਚ ਪਾਠ ਕਰ ਲਓ ਰੋਜ਼ 11 ਵਾਰ ਅਤੇ ਦੇਖੋ ਕੀ ਬਣਦਾ। ਫਿਰ ਜਿਹੜਾ ਬੰਦਾ ਤੁਹਾਡੇ 'ਤੇ ਕਰ ਰਿਹਾ ਹੋਊਗਾ ਉਹਦਾ ਦੇਖੋ ਕੀ ਹਾਲ ਹੁੰਦਾ। ਸੋ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਣੇ ਮਜ਼ਹਬ ਨੂੰ ਬੜਾ ਖਰਾਬ ਕਰ ਰਹੀਆਂ, ਖਾਸ ਕਰ ਇਹ ਜਿਹੜੇ ਮੁਗਲ ਲੋਕ ਨੇ ਜਾਂ ਮੁਸਲਮਾਨ ਲੋਕ ਨੇ ਇਹ ਇਸ ਚੀਜ਼ ਦੇ ਬੜੇ ਮਾਸਟਰ ਨੇ। ਔਰ ਇਹ ਲੋਕਾਂ ਦਾ ਨੁਕਸਾਨ ਜ਼ਿਆਦਾ ਕਰਦੇ ਨੇ ਕਿਉਂਕਿ ਲੋਕ ਨੁਕਸਾਨ ਕਰਵਾਉਂਦੇ ਨੇ ਔਰ ਪੈਸਾ ਬੜਾ ਲੈਂਦੇ ਨੇ, 5-5, 10-10 ਲੱਖ ਰੁਪਈਆ। ਇੱਕ ਤਾਂਤਰਿਕ ਵਾਲਾ ਸੀਗਾ, ਮੈਂ ਬੜਾ ਕੁੱਟਿਆ, ਉਹਨੇ ਮੈਨੂੰ ਸਾਰਾ ਕੁਝ ਦੱਸਿਆ, ਕਿੰਨੇ ਪੈਸੇ ਲਏ, ਕਿੰਨੇ ਬੁੜੀਆਂ ਨੂੰ ਖਰਾਬ ਕੀਤਾ, ਕਿੰਨਾ ਕੁੜੀਆਂ ਨੂੰ ਖਰਾਬ ਕੀਤਾ, ਕੀ ਕੀਤਾ, ਸਭ ਕੁਝ ਦੱਸਿਆ ਉਹਨੇ। ਥਾਣੇ 'ਚ ਕੁੱਟਿਆ ਲਿਜਾ ਕੇ, ਬਲਕਾਰ ਸਿੰਘ SHO ਹੁੰਦਾ ਸੀ। ਅਤੇ ਉਹ ਮੈਂ ਸਮਝਦਾ ਕਿ ਆਪਾਂ ਭਟਕੇ ਹੋਏ ਹਾਂ, ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਚੀਜ਼ ਖਰਾਬ ਨਹੀਂ ਕਰ ਸਕਦੀ ਜੇ ਤੁਹਾਡੇ 'ਚ ਏਕਤਾ ਹੈ ਤਾਂ। ਸੋ ਆਈ ਥਿੰਕ ਇਹ ਵੀ ਇੱਕ ਮੈਸੇਜ ਹੈ ਬੂ ਮਡਰਗੀ ਦੇ ਵਿੱਚੋਂ, ਜਿਹੜੇ ਕਿਰਦਾਰ ਮੈਂ ਕੀਤਾ। ਇੱਕ ਡਾਇਲੋਗ ਹੈਗਾ, ਕਹਿੰਦਾ ਗੱਲ ਸੁਣ ਮੇਰੀ, ਕਹਿੰਦਾ ਤਾਂਤਰਿਕਾ ਜੇ ਤੇਰੀ ਗੱਲ ਝੂਠ ਨਿਕਲੀ ਮੈਂ ਤੇਰੀਆਂ ਜੂੰਡੀਆਂ ਪੱਟ ਕੇ ਘੜੀਸ ਕੇ ਨੰਗਾ ਕਰਕੇ ਕੁੱਟੂ। ਉਹ ਕਹਿੰਦਾ ਗੀਲੀ ਗੀਲੀ ਗੀਲੀ, ਕਹਿੰਦਾ ਵਿੱਚੇ ਫਿੱਲੀ ਮਾਰੂ ਮਾਰੂ ਚੰਡ ਤੇਰਾ ਵਹਿ ਦੇ। ਉਹ ਉਹਦੇ ਵਿੱਚ ਵੜ ਜਾਂਦਾ ਉਹਦੇ ਗੁਫਾ ਦੇ ਵਿੱਚ, ਵੀ ਉਹਨੂੰ ਫੜ ਕੇ ਸ਼ਤਰੌਲਾ ਕਰਨਾ ਅਤੇ ਉਹਦੀ ਬੀਵੀ ਰੋਕਦੀ। ਕਹਿੰਦੇ ਕਹਿੰਦਾ ਮੈਂ ਚੱਲਿਆ, ਕਹਿੰਦਾ ਜੇ ਤੇਰੀ ਗੱਲ ਗਲਤ ਨਿਕਲੀ ਉਹੀ ਗੱਲ ਹੁੰਦੀ ਹੈ। ਸੋ ਆਈ ਥਿੰਕ ਉਹ ਵੀ ਇੱਕ ਕਾਮੇਡੀ ਹੈ, BN ਸ਼ਰਮੇ ਨੇ ਕੀਤੀ ਹੈ, ਇਹਨੇ ਤਾਂਤਰਿਕ ਦਾ ਰੋਲ ਕੀਤਾ। ਸੋ ਆਈ ਥਿੰਕ ਉਹ ਫਿਲਮ ਦੇ ਵਿੱਚ ਕਾਫੀ ਕੁਛ ਹੈ ਸਿੱਖਣ। ਜੀ ਕਿ ਜਿਹੜੀਆਂ ਭੂਤਾਂ ਚਲੋ ਜਿਹੜੀਆਂ ਹੁੰਦੀਆਂ ਉਹ ਤਾਂ ਚਲੋ ਹੁੰਦੀਆਂ ਹੈਗੀਆਂ, ਪਰ ਜਿਹੜੀਆਂ ਜਿਉਂਦੀਆਂ ਜਾਗਦੀਆਂ ਭੂਤਾਂ, ਚਾਹੇ ਮਾੜੀ ਪੋਲੀਟਿਕਸ ਲਾ ਲਈਏ ਜਾਂ ਆਹ ਮਾੜੇ ਤਾਂਤਰਿਕ ਲਾ ਲਈਏ, ਠੱਗ ਟਾਂਟਰਿਕ, ਇਹ ਜ਼ਿਆਦਾ ਵੱਡੇ ਨੇ। ਇਹ ਦੁਨੀਆ ਇੱਕ ਜੰਗਲ ਹੈ ਜੀ। ਮੇਰੇ ਫਾਦਰ ਨੇ ਪਹਿਲੀ ਸਿੱਖਿਆ ਦਿੱਤੀ, ਮੇਰੀ ਮਾਂ ਕਹਿੰਦੀ ਮਸਾਂ ਪੁੱਤਰ ਮਿਲਿਆ ਤੁਸੀਂ ਕੀ ਕਰਦੇ ਹੋ, ਜੰਗਲਾਂ ਲਿਜਾ, ਬੰਦੂਕ ਚਲਾ, ਘੋੜੇ ਚਲਾ, ਸ਼ੇਰ ਸ਼ਿਕਾਰ 'ਤੇ ਨਿਆਣਾ। ਉਹ ਕਹਿੰਦੇ ਨੇ ਸੁੱਕਣ ਦੇ, ਗੁਰੂ ਨਾਮ ਕਰੇ। ਮੇਰੇ ਫਾਦਰ ਨੇ ਕਿਹਾ ਮੈਨੂੰ ਗੱਲ ਯਾਦ ਹੈ, ਇਹ ਦੁਨੀਆ ਇੱਕ ਜੰਗਲ ਹੈ, ਇਹਦੇ ਵਿੱਚ ਸਿਰਫ ਤਕੜਾ ਜੀ ਹੋ ਸਕਦਾ, ਜਿਹਦੇ ਜਿਗਰਾ, ਜਿਹਦੇ ਡਰ ਕੋਈ ਨਹੀਂ, ਖੌਫ ਕੋਈ ਨਹੀਂ। ਤੇਰਾ ਪੁੱਤਰ ਰੱਬ ਨੇ ਬਖਸ਼ਿਆ, ਪੀਰਾ ਪੈਗੰਬਰਾਂ ਨੇ ਬਖਸ਼ਿਆ, ਰਾੜੇ ਵਾਲੇ ਸੰਤਾਂ ਨੇ ਬਖਸ਼ਿਆ, ਇਹਦੇ 'ਤੇ ਥਾਪੜਾ ਬਾਬਾ ਦੀਪ ਸਿੰਘ ਜੀ ਦਾ, ਇਹਨੂੰ ਸਜ਼ਾ ਲੈਣ ਦੇ, ਨਹੀਂ ਤਾਂ ਬਹੁਤ ਤੰਗ ਹੋਊਗਾ, ਤਾਂ ਮੈਂ ਮਰ ਜਾਣਾ, ਛੇਤੀ ਲੋਕ ਨੂੰ ਰੋਲਣਗੇ। ਪਰ ਹੋਇਆ ਉਹੀ ਕਿ ਬੜਾ ਦੁਨੀਆ ਨੇ ਰੋਲਿਆ, ਬੜੇ ਠੁੱਡੇ ਮਾਰੇ, ਲੇਕਿਨ ਉਹ ਜਿਹੜੀ ਸਿੱਖਿਆ ਸੀ ਅਤੇ ਗੁਰੂ ਦਾ ਥਾਪੜਾ ਸੀ ਅਤੇ ਬਾਬਾ ਦੀਪ ਸਿੰਘ ਦਾ ਪਹਿਰਾ ਸੀ ਚੀਜ਼ਾਂ ਦਾ, ਉਸ ਚੀਜ਼ ਨੇ ਲਿਆ ਕੇ ਮੈਨੂੰ ਸਾਰੀ ਜ਼ਿੰਦਗੀ ਵਿੱਚ ਇੱਥੇ ਖੜ੍ਹਾ ਕਰਤਾ ਕਿ ਜਿੱਥੇ ਜੇ ਮੈਂ ਕਿਸੇ ਵੱਲ ਅੱਖ ਪੱਟ ਕੇ ਵੀ ਦੇਖ ਲੈਣਾ, ਐਂ ਕਰਕੇ ਸ਼ੂਟਿੰਗ 'ਤੇ ਜਿਵੇਂ ਮੈਂ ਹੁਣ ਦੇਖ ਰਿਹਾ, ਅਤੇ ਮੈਂ ਕੁਛ ਨਾ ਬੋਲਾਂ ਤਾਂ ਅਗਲੇ ਦਾ ਪੈਂਟ ਗਿੱਲੀ ਹੋ ਜਾਂਦੀ ਹੈ। ਲੇਕਿਨ ਉਹ ਚੀਜ਼ ਨੂੰ ਕਰਨ ਵਾਸਤੇ ਤੁਹਾਨੂੰ ਆਪਣੇ ਆਪ ਨੂੰ ਉਸ ਡਾਇਮੈਂਸ਼ਨ 'ਤੇ ਰੱਖਣਾ ਪੈਂਦਾ। ਉਹਨੂੰ ਕਹਿੰਦੇ ਨੇ ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਹਾਨ। ਸੱਚਾ ਰਾਹ ਬੜਾ ਔਖਾ, ਦੋ ਧਾਰੀ ਖੰਡੇ 'ਤੇ ਚੱਲਣ ਵਾਲਾ, ਵੱਢ ਦਿੰਦਾ, ਲੀਰੋ ਲੀਰ ਕਰ ਦਿੰਦਾ ਬੰਦੇ ਨੂੰ, ਬੰਦ ਬੰਦ ਕੱਟ ਦਿੰਦਾ ਬੰਦੇ ਦੇ, ਪਰ ਜਾਂ ਉਹਦੀ ਆਤਮਾ ਰੱਬ ਨਾਲ ਮਿਲਦੀ ਹੈ ਨਾ ਜਾ ਕੇ,
ਅਸਲੀ ਘਰ ਤਾਂ ਉਹੀ ਹੈ, ਉੱਥੇ ਫਿਰ ਉਹਨੂੰ ਥਾਪੀ ਮਿਲਦੀ ਹੈ ਅਤੇ ਮੈਂ ਥਾਪੜਾ ਰੱਬ ਤੋਂ ਲੈਣਾ, ਮੈਂ ਦੁਨੀਆ ਤੋਂ ਨਹੀਂ ਲੈਣਾ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਦੁਨੀਆ ਬਹੁਤ ਮਾੜੀ, ਜਿਉਂਦੇ ਜਾਗਦੇ ਹੀ ਚੜੇਲਾਂ, ਜਿਉਂਦੇ ਜਾਗਦੇ ਭੂਤ ਆਪਣੇ ਸਾਹਮਣੇ ਤੁਰੇ ਫਿਰਦੇ ਆ। ਆਹ ਪੋਲੀਟੀਸ਼ਨ ਭੂਤ ਹੀ ਨੇ, ਹੋਰ ਕੀ ਨੇ? ਤੁਸੀਂ ਉਹਨਾਂ ਭੂਤਾਂ ਤੋਂ ਘੱਟ ਸਮਝਦੇ ਹੋ? ਹੈ ਜੀ, ਇਹ ਖੂਨ ਚੂਸਦੇ ਆ ਜਿਹੜੇ ਆਪਣੀ ਜਨਤਾ ਦਾ, ਲੋਕਾਂ ਦਾ, ਗਰੀਬਾਂ ਦਾ, ਅਤੇ ਭੂਤ ਚੜੇਲਾ ਹੀ ਨੇ, ਤਾਂਤਰਿਕ ਹੀ ਨੇ ਸਾਰੇ, ਹੋਰ ਕੀ ਨੇ? ਤਾਂਤਰਿਕ ਵਿੱਦਿਆ ਬਹੁਤ ਵੱਡੀ ਹੈ, ਮੈਂ ਤੁਹਾਨੂੰ ਦਿਖਾ ਦੂੰ ਕਿਸੇ ਦਿਨ, ਮੇਰੇ ਨਾਲ ਚੱਲਿਓ ਵੀ ਇਹਦਾ ਕੀ ਹੁੰਦਾ ਹਾਲ। ਪਰ ਉੱਥੇ ਜਦ ਕਹਿੰਦਾ ਵਾਹਿਗੁਰੂ ਵਾਹਿਗੁਰੂ, ਅਤੇ ਫਿਰ ਭੱਜਦੇ ਡਾਂਸ ਕਰਦੇ ਦੇਖਣ ਦਾ ਕੀ ਹਾਲ ਹੁੰਦਾ ਫਿਰ? ਮੈਂ ਕਹਿੰਦਾ ਬੋਲੇ ਸੋਹਣੇ ਹਾਲ, ਸਤਿ ਸ੍ਰੀ ਅਕਾਲ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ, ਨਿਰਵੈਰ ਅਕਾਲ ਮੂਰਤ, ਜੂਨੀ ਸਿਪੰਗ ਗੁਰ ਪ੍ਰਸ਼ਾਦ। ਇਹ ਫਿਰ ਨੱਚਦੇ ਘੁੰਗਰੂ ਪਾ ਕੇ, ਬਾਬਾ ਸਾਨੂੰ ਛੱਡ ਦੇ। ਅਤੇ ਸਾਡੇ ਕੋਲ ਤਾਂ ਐਡਾ ਵੱਡਾ ਸ਼ਸਤਰ ਹੈ ਗੁਰਬਾਣੀ, ਅਤੇ ਆਪਾਂ ਨੂੰ 24 ਘੰਟੇ ਪੜ੍ਹੋ, ਰੱਬ ਨੂੰ ਯਾਦ ਰੱਖੋ, ਇਹੋ ਜਿਹੇ 20 ਤਾਂਤਰਿਕ ਤੁਰੇ ਫਿਰਦੇ ਆ। ਸੋ ਇਹਦੇ ਵਿੱਚ ਇਹ ਵੀ ਇੱਕ ਗੱਲ ਹੈਗੀ ਹੈ। ਮੈਂ ਇੱਕ ਗੱਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣੀ ਚਾਹੂੰਗਾ ਕਿ ਅਤੇ ਮੈਨੂੰ ਲੱਗਦਾ ਦਰਸ਼ਕ ਵੀ ਜ਼ਰੂਰ ਜਾਣਨੀ ਚਾਹੁੰਦੇ ਹੋਣਗੇ ਕਿ ਜਦੋਂ ਵੀ ਤੁਹਾਨੂੰ ਮਿਲਦੇ ਹੈਗੇ, ਸਵੇਰ ਤੋਂ ਬੈਠੇ ਹੈਗੇ, ਅੱਜ ਵੀ ਅਸੀਂ ਪ੍ਰਮੋਸ਼ਨ 'ਤੇ, ਸ਼ਾਮ ਹੋ ਗਈ ਹੈਗੀ ਹੈ, ਓਨੀ ਐਨਰਜੀ, ਓਨਾ ਹੀ ਦਮਖਮ, ਇਹ ਕਿਵੇਂ ਮੇਨਟੇਨ ਹੁੰਦਾ ਗਾ, ਇਹ ਕਿੱਥੋਂ ਆਉਂਦਾ? ਬਾਈ ਜੀ ਗੱਲ ਇਹ ਆ ਬੇਟਾ, ਓਹੋ, ਉਸ ਪਰਮਾਤਮਾ ਦੀ ਇੰਨੀ ਕਿਰਪਾ ਹੈ, ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਇੰਨੀ ਕਿਰਪਾ, ਸ਼ਹੀਦਾਂ ਸਿੰਘਾਂ ਦਾ ਐਸਾ ਪਹਿਰਾ ਲੱਗਿਆ ਰਹਿੰਦਾ। ਮੈਂ ਨਾ 10 ਕੁ ਸਾਲ ਪਹਿਲਾਂ ਗਿਆ ਅਤੇ ਮੈਨੂੰ ਬਾਬਾ ਜੀ ਕਹਿਣ ਲੱਗੇ ਵੀ ਸ਼ਸਤਰ ਨਹੀਂ ਰੱਖਣਾ ਆਪਣੇ ਕੋਲ, ਐਡਾ ਤੇਰਾ ਗੁੱਸਾ ਮਿੰਟੋ ਮਿੰਟੀ ਤੇਰਾ ਹੱਥ ਸਾਲਾ ਟਰਿਗਰ 'ਤੇ ਚਲੇ ਜਾਂਦਾ ਅਤੇ ਬੰਦਾ ਮਾਰੇਗਾ ਕਿਤੇ। ਮੈਂ ਕਿਹਾ ਜੀ ਗੱਲ ਵੀ ਠੀਕ ਸੀ, ਉਦੋਂ ਮੇਰੇ ਕੋਲ ਸ਼ਸਤਰ ਹੁੰਦੇ ਵੀ ਬਹੁਤ ਸੀ, ਮੈਂ ਜਵਾਨੀ ਵੀ ਮੇਰੇ ਕੋਲ ਹੌਸਲਾ ਬਹੁਤ ਹੁੰਦਾ ਸੀ ਕਿ ਮੇਰੇ ਗੁਰੂਆਂ ਨੇ ਕਿਹਾ। ਮੈਨੂੰ ਕਹਿੰਦੇ ਬਈ ਬਾਬਾ ਜੀ ਦਾ ਹੁਕਮ ਆਇਆ ਵੀ ਉਹਨੂੰ ਕਾਕੇ ਨੂੰ ਕੋਈ ਸ਼ਸਤਰ ਨਹੀਂ ਰੱਖਣਾ, ਤੂੰ ਜਦ ਵੀ ਚੱਲੇਗਾ, ਸੌਏਗਾ, ਚੱਲੇਗਾ, ਕਿਤੇ ਜਾਏਗਾ, ਸ਼ਹੀਦਾਂ ਦਾ, ਸਿੰਘਾਂ ਦਾ ਪਹਿਰਾ ਤੇਰੇ ਲੱਗਿਆ ਰਹਿਣਾ ਅਤੇ ਬਾਬਾ ਦੀਪ ਸਿੰਘ ਜੀ ਆਪ ਪੈਰਵਾਈ ਕਰਨਗੇ। ਮੈਂ ਜੀ ਸ਼ਸਤਰ ਰੱਖਤਾ, ਮੈਨੂੰ ਗੱਲ ਯਾਦ ਆਈ, ਮੇਰੇ ਮਾਂ ਜੀ ਮੈਨੂੰ ਕਹਿੰਦੇ ਸੀ, ਮਾਤਾ ਜੀ, ਡਿੰਪਲ ਮੇਰਾ ਛੋਟਾ ਨਾਂ ਹੈ, ਪੁੱਤ ਜਦ ਤੂੰ ਸੌਂਦਾ ਹੈ ਨਾ ਤਾਂ ਮੇਰਾ ਮੰਜਾ ਅੱਡ ਡਾਹਿਆ ਹੁੰਦਾ ਸੀਗਾ ਜਦ ਮੈਂ ਰਾਤ ਨੂੰ ਸੌਂਦਾ ਸੀ ਜਾਂ ਦਿਨੇ ਸੌਂਦਾ ਸੀ, ਤਾਂ ਅੱਜ ਮੇਰਾ ਤਾਂ ਕਹਿੰਦੇ ਇੱਕ ਬਹੁਤ ਸਾਰਾ ਵੱਡਾ ਬਾਬਾ ਡਾਂਗ ਲੈ ਕੇ ਪਹਿਰਾ ਦਿੰਦਾ, ਅੱਡਾ ਤਾੜਾ ਅੱਡਾ ਉੱਚਾ। ਮੇਰੇ ਫਾਦਰ ਨੂੰ ਕਿਹਾ, ਮੇਰੇ ਫਾਦਰ ਗਲ ਪੈ ਗਏ ਮੇਰੇ ਮਤਲਬ 'ਤੇ, ਕਹਿੰਦੇ ਤੂੰ ਮਾਰੀ ਜਾਂਦੀ ਆਪਦੀਆਂ, ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ, ਇਹੋ ਜਿਹੇ ਸ਼ੇਰ ਨਾਲ ਤੂੰ ਰਹਿੰਦੀ ਹੈ, ਤਾਂ ਤੂੰ ਪੁੱਤ ਨੂੰ ਕੀ ਦੱਸੀ? ਕਹਿੰਦੀ ਸਰਦਾਰ ਜੀ ਮੇਰੀ ਗੱਲ ਮੰਨ ਲਓ। ਇਹ ਗੱਲ ਮੇਰੇ ਫਾਦਰ ਨੇ ਜਦ ਇਹ ਗੱਲ ਕੀਤੀ, ਬਿਮਾਰ ਹੋ ਗਏ, ਬੁਖਾਰ ਚੜ੍ਹ ਗਿਆ, ਬੁਰਾ ਹਾਲ ਹੋ ਗਏ, ਅਤੇ ਬਾਪੂ ਜੀ ਕਹਿੰਦੇ ਬੀਬੀ ਨੂੰ ਵੀ ਯੋਗ ਨੂੰ ਬੁਲਾ ਡਿੰਪਲ ਨੂੰ ਉੜੇ। ਮੈਂ ਗਿਆ, ਮੈਂ ਬਾਪੂ ਠੀਕ ਹੋ, ਮੈਨੂੰ ਜੱਫੀ ਪਾ ਲਈ, ਕਹਿੰਦੇ ਯਾਰ ਮੈਂ ਤੈਨੂੰ ਕੁਛ ਕਹਿ ਤਾਂ ਮੇਰੇ ਤੋਂ ਗਲਤੀ ਹੋ ਗਈ। ਮੈਂ ਨਹੀਂ ਬਾਪੂ ਜੀ, ਮੈਂ ਤੁਸੀਂ ਪਿਓ ਮੇਰੇ? ਕਹਿੰਦੇ ਨਹੀਂ, ਬਾਬਾ ਜੀ ਆਏ ਸੀ। ਉਹ ਕਹਿੰਦੇ ਮੁੜ ਕੇ ਮੇਰੇ ਪੁੱਤ ਨਾਲ ਕੋਈ ਇਹੋ ਜਿਹੀ ਵੀ ਤੁਸੀਂ ਗੱਲ ਕੀਤੀ, ਮੂੰਹ ਚੋਂ ਕੱਢੀ ਦਾ ਉਹਦਾ ਹਿਸਾਬ ਲਾ ਲਈ। ਮੈਂ ਕਿਹਾ ਮਾਤਾ ਜੀ ਬਾਪੇ ਨੂੰ ਕੀ ਹੋ ਗਿਆ? ਕਹਿੰਦੇ ਬੇਟਾ ਗੱਲ ਹੈਗੀ ਹੈ। ਫਿਰ ਮੈਨੂੰ ਉਹਨਾਂ ਨੇ, ਮੈਨੂੰ ਕਈ ਵਾਰੀ ਇਹ ਮਹਿਸੂਸ ਹੁੰਦਾ ਵੀ ਮੇਰੇ ਆਲੇ ਦੁਆਲੇ ਨਾ ਸਭ ਪਹਿਰਾ ਲੱਗ ਗਿਆ। ਆਹ ਹੁਣ ਵੀ ਤੁਹਾਡੇ, ਮੈਂ ਜਦ ਜਾਂਦਾ ਮੱਥਾ ਟੇਕਦਾ ਬਾਬਾ ਜੀ ਕੋਲ ਜਾਂਦਾ, ਐਸੀ ਐਨਰਜੀ ਆਉਂਦੀ ਹੈ, ਐਸੀ ਗੱਲ ਬਣਦੀ ਹੈ, ਗੋਡੇ ਮੇਰੇ ਦੁਖਦੇ ਹੁੰਦੇ ਆ, ਪਿੱਠ ਮੇਰੀ ਦੁਖਦੀ ਹੁੰਦੀ ਹੈ, ਮਾਂ ਖੜ ਕੇ ਦੇ ਤੇਰੇ ਦਿਲ, ਚੱਲ ਆਹ ਭੰਗੜੇ ਪੈ ਰਹੇ 3 ਦਿਨ ਤੋਂ। ਕੁਛ ਐਸਾ ਹੁੰਦਾ ਹੈ, ਜਿੰਮ ਕਰਦਾ 2-2, 3-3, 4-4 ਘੰਟੇ ਜਿੰਮ ਕਰਦਾ, ਕਈ ਵਾਰੀ ਸਾਡਾ ਦਿਲ ਕਰਦਾ ਦੀਵਾਰ ਪੌੜਦੇ ਆ ਫੜ ਕੇ, ਇੱਦਾਂ ਦਾ ਮੈਨੂੰ ਜਦ ਮੈਂ ਸ਼ੂਟਿੰਗ ਕਰ ਰਿਹਾ ਹੁੰਦਾ, ਜਦ ਕੋਈ ਗਾਣਾ ਜਾਂ ਕੋਈ ਫਾਈਟ ਸੀਨ ਹੈ, ਮੈਂ ਬਾਅਦ 'ਚ ਆ ਕੇ ਮੈਂ ਉਹ ਗੁਰੀ ਯਾਰ ਪੈਰ ਘੁੱਟੀ ਯਾਰ, ਉਹ ਯਾਰ ਗੋਡੇ ਦੁਖਦੇ ਆ, ਮਰ ਗਿਆ।
ਇਸ ਤਰ੍ਹਾਂ ਦਾ ਜ਼ੋਨ ਸ਼ੁਰੂ ਤੋਂ ਚੱਲਦਾ ਰਿਹਾ। ਬੜੀ ਵਾਰੀ ਮੌਤ ਦੇ ਨੇੜੇ ਗਿਆ, ਮੇਰੇ 900 ਟਾਂਕਾ ਢਿੱਡ 'ਚ ਲੱਗਿਆ, ਪਾੜ ਕੇ ਅਤੇ 2 ਜਾਲੀਆਂ ਪਾਈਆਂ ਹੋਈਆਂ ਨੇ, ਮੇਰੇ ਥਰੋਟ ਦਾ ਆਪਰੇਸ਼ਨ ਹੋਇਆ, ਮੇਰੀ ਸਕਲ ਟੁੱਟੀ ਹੋਈ ਹੈ, ਮੈਂ 300 ਫੁੱਟ ਤੋਂ ਜੀਭ ਤੋਂ ਗਿਰਿਆ, ਹੱਥ 'ਚ ਪੇਟ ਦੇ ਟਾਹਣੀ ਆ ਗਈ। ਇਹੋ ਜਿਹੇ ਕਈ ਗੱਲਾਂ ਹੋਈਆਂ ਨੇ ਜਿਹਦੇ ਨਾਲ ਐਨਰਜੀ ਹਮੇਸ਼ਾ ਹੀ ਇੱਦਾਂ ਰਹਿੰਦੀ ਹੈ। ਕਈ ਵਾਰੀ ਘਰ 'ਚ ਬੈਠੇ ਬੈਠੇ ਮੈਂ ਕਰਾਂ, ਮਾ ਕੀ ਹਾਲ ਆ ਤੁਹਾਡਾ, ਗੱਲ ਕੀ ਆ, ਉਹ ਡਰ ਗਈ, ਹੁਣ ਹੁਣ ਇਹ ਲੱਗਿਆ ਸੀ ਨਾ, ਅਤੇ ਉਹ ਇਹ ਮੈਨੂੰ ਉਹ ਕਰਦੇ ਕਿਸੇ ਦਾ ਚਮਚਾ ਨਿਕਲ ਜਾਂਦਾ, ਅੱਜ ਕੋਈ ਬੈਠੇ ਕੀ ਹੋ ਗਿਆ, ਮੈਂ ਕੁਛ ਨਹੀਂ ਆਇਆ, ਜੋਸ਼ ਜਿਹਾ ਆਇਆ ਸੀ ਮਾੜਾ ਜਿਹਾ, ਮੈਂ ਕਿਹਾ ਮੈਂ ਝਾੜ ਜੀ ਲਾਈਏ। ਸੋ ਇਹ ਹੁਣ ਹੈ ਤਾਂ ਕੁਦਰਤੀ ਰੱਬ ਦੀ ਦੇਣ ਹੀ ਹੈ, ਅਤੇ ਮੈਨੂੰ ਇਸ ਤਰ੍ਹਾਂ ਹੀ ਸ਼ੁਰੂ ਤੋਂ ਹੁੰਦਾ ਰਿਹਾ। ਮਤਲਬ ਮੈਂ ਅੱਜ ਵੀ ਜਦ ਮੁੱਠੀ ਮੀਚ ਲੈਂਦਾ, ਮੈਨੂੰ ਐਂ ਲੱਗਦਾ ਬੜੀ ਤਾਕਤ ਮੇਰੇ ਕੋਲ ਹੈਗੀ ਆ, ਮੈਂ ਐਂ ਕਰ ਦੂੰ, ਉਹ ਕਰ ਦੂੰ। ਸੋ ਮੈਂ ਵੀ ਇਹ ਚੀਜ਼ ਕੁਦਰਤੀ ਹੈ, ਜਿੱਦਾਂ ਬੈਠੇ ਬੈਠੇ ਸੀ ਪਰਸੋਂ ਵੀ, ਅੱਜ ਮੈਂ ਹੁਣ ਬੜਕ ਮਾਰੀ ਆਈ, ਮਾਰਤੀ ਤਾਂ ਖਿਲਰ ਗਿਆ ਪਲੇਟ ਪਲੂਟ ਜੀ ਸਾਰੀ, ਮੈਂ ਕਿਹਾ ਬੂਹ ਮੈਂ ਡਰ ਗਈ, ਆ ਗਿਆ, ਮੈਂ ਕਿਹਾ ਬੂਹ ਆ ਗਈ। ਸੋ ਆਈ ਥਿੰਕ ਸਭ ਉਹਦੀ ਕਿਰਪਾ ਰਹਿਮਤ ਹੈ। ਉਹ ਕਹਿੰਦਾ ਜੀ ਬੜੀ ਆਵਾਜ਼ ਆ ਤੁਹਾਡੀ, ਬੜੀ ਗੱਲ ਆ, ਡਾਇਲੋਗ ਬੋਲ ਰਹੇ ਸੀ ਉਹ ਸਕਰੀਨ 'ਤੇ, ਉੱਥੇ ਜਾ ਕੇ ਬੋਲ ਰਹੇ ਸੀ। ਇਹ ਸਭ ਖੁਦਾ ਦੀ ਦੇਣ ਹੈ ਪੁੱਤ, ਮੇਰੇ ਪੱਲੇ ਕੁਛ ਨਹੀਂ। ਮੇਰਾ ਤਾਂ ਉਹ ਹਿਸਾਬ ਹੈ ਕਿ ਯੋਗਰਾਜ ਸਿੰਘ ਧੂੜ 'ਚ ਟੱਟੂ ਭੱਜਿਆ ਜਾਂਦਾ ਹੈ, ਅਤੇ ਰੱਬ ਨੇ ਉਹਨੂੰ, ਲੋਕਾਂ ਨੂੰ ਐਂ ਲੱਗਦਾ ਵੀ ਡਰਬੀ ਦਾ ਘੋੜਾ, ਅਤੇ ਉਹਦੀ ਕਿਰਪਾ ਹੀ ਹੈ ਬਸ। ਇੰਨੀ ਗੱਲ, ਲੱਗਦਾ ਇਹ ਫਿਲਮ ਵੀ ਤੁਹਾਡੇ ਕੋਲ ਇਸੇ ਕਰਕੇ ਤੁਹਾਡੀ ਝੋਲੀ ਪਈ ਹੈਗੀ ਹੈ, ਕਿਉਂਕਿ ਤੁਸੀਂ ਜਦੋਂ ਪਿੰਡਾਂ 'ਚ ਸ਼ੂਟਿੰਗ ਕਰਦੇ ਹੋਵੋਗੇ ਅਤੇ ਤੁਹਾਡੇ ਤੋਂ ਦਮਦਾਰ ਜਦੋਂ ਡਾਇਲੋਗ ਜਦੋਂ ਐਂ ਬੋਲਦੇ ਹੋਵੋਗੇ ਅਤੇ ਵੈਸੇ ਹੀ ਪਿੰਡਾਂ ਦੀਆਂ ਬੁੜੀਆਂ ਤਾਂ ਲੱਗਦਾ ਬੂ ਮੈਂ ਡਰ ਗਈ, ਅਤੇ ਉਹ ਚੱਲਦਾ ਚੱਲਦਾ ਆ ਕੇ ਹੁਣ ਤੁਹਾਡੇ ਕੋਲ ਫਿਲਮ ਆਈ। ਮੈਨੂੰ ਯਾਦ ਹੈ ਜਦੋਂ ਮੈਂ ਡੱਬਿੰਗ ਕਰਦਾ ਹੁੰਦਾ ਸੀ, ਅਤੇ ਅਸੀਂ ਬੰਬੇ ਜਾਣਾ ਡੱਬਿੰਗ ਲਈ, ਅਤੇ BR ਥੀਏਟਰ ਡੱਬਿੰਗ ਕਰ ਰਹੇ ਸੀ, ਅਤੇ ਉਹ ਜਿਹੜਾ ਬੰਦਾ ਸੀ ਅਮਿਤਾਭ ਬੱਚਨ ਕਈ ਵਾਰੀ ਡੱਬਿੰਗ ਕਰਕੇ ਜਾਂਦਾ ਸੀ, ਅਤੇ ਉਹਦੇ ਵਾਸਤੇ ਸਪੈਸ਼ਲ ਬੂਫਰ ਲਾਏ ਹੁੰਦੇ ਸੀ, ਅਤੇ ਮੈਨੂੰ ਉਹਨੇ ਕਹਿਣਾ, ਕਹਿੰਦਾ ਭਾਅ ਜੀ ਖੜੋ ਜਰਾ, ਮੈਂ ਨਾ 2 ਕੁ ਬੂਫਰ ਹੋਰ ਲਾਉਣਾ, ਨਹੀਂ ਫਟ ਜਾਣਗੇ ਸਾਰਾ ਜਿਹੜਾ ਤੁਹਾਡਾ ਇੱਥੇ ਮਾਮਲਾ, ਅਤੇ ਉਹ BR ਸਾਹਿਬ ਨੇ ਆਪ ਆਉਣਾ। ਉਹ ਮੈਨੂੰ ਕਹਿਣਾ, ਯਾਰ ਤੂੰ ਇੱਥੇ ਆਵਾਜ਼ ਭਰਾਈ ਹੈ ਕਿੱਥੋਂ? ਮੈਂ ਕਿਹਾ ਜੀ ਜਿਹੋ ਜੀ ਤੁਹਾਡੇ ਆ, ਮੈਂ ਕਿਹਾ ਅਮਿਤਾਭ ਬੱਚਨ ਦੀ ਭਰੀ ਵੀ ਉਦੋਂ, ਮੈਂ ਕਿਹਾ ਮੇਰੀ ਵੀ ਭਰੀ ਹੈ। ਕਹਿੰਦੇ ਉਹ ਤਾਂ ਠੀਕ ਹੈ, ਅੰਦਰੋਂ ਬੋਲਦਾ ਗੱਲ ਹੈ, ਤੂੰ ਤਾਂ ਇੰਨੀ ਉੱਚਾ ਬੋਲਦਾ ਸਾਡਾ ਸਕਰੀਨ ਸਾਡਾ ਫਟਣ 'ਤੇ ਆ ਜਾਂਦਾ। ਮੈਂ ਕਿਹਾ ਜੀ ਹੁਣ ਕੁਦਰਤੀ ਜੋ ਹੈਗਾ ਸੋ ਹੈਗਾ। ਸੋ ਮੈਂ ਨੋਰਮਲੀ ਵੀ ਜੇ ਗੱਲ ਕਰਾਂ, ਔਰ ਕਿਆ ਹਾਲ ਹੈ ਕਿਸੇ ਇੱਦਾਂ, ਉਹ ਫਿਰ ਲੋਕਾਂ ਨੂੰ ਇਹ ਲੱਗਦਾ ਮੈਂ ਬਿਮਾਰ ਹਾਂ। ਜੇ ਮੈਂ ਕਿਸੇ ਨਾਲ ਗੱਲ ਕਰਨਾ, ਹੋਰ ਵੀ ਬਾਈ ਕਿੱਦਾਂ, ਠੀਕ ਹੈ, ਹੋਰ ਫਿਰ ਕੀ ਬਣਦਾ ਫਲਾਨਾ, ਅਤੇ ਮੈਨੂੰ ਸਾਰੇ ਮੇਰੇ ਬੰਦੇ ਕਹਿੰਦੇ ਆ ਬਾਈ ਤੁਸੀਂ ਬਿਮਾਰ ਹੋ, ਢਿੱਲੇ ਹੋ। ਮੈਂ ਕਹਿੰਦੀ ਮੈਨੂੰ ਕੀ ਹੋਇਆ ਹੋਇਆ? ਕਹਿੰਦੇ ਨਹੀਂ ਹੁਣ ਠੀਕ ਹੈ, ਅਸੀਂ ਸੁਣਨਾ ਹੀ ਸੀ। ਸੋ ਆਈ ਥਿੰਕ ਇੱਕ ਨੈਚੁਰਲ ਜਿਹਾ ਬਣਿਆ ਹੋਇਆ ਸ਼ੁਰੂ ਤੋਂ, ਜੋ ਮੈਂ ਜੋ ਹੈਗਾ ਸੋ ਹੈਗਾ। ਮੇਰਾ ਖਿਆਲ 70 ਸਾਲਾਂ ਦੇ ਵਿੱਚ ਕੁਛ ਵੀ ਨਹੀਂ ਬਦਲਿਆ, ਯੋਗਰਾਜ ਸਿੰਘ ਜੈਸਾ ਸੀ ਉੱਦਾਂ ਹੀ ਹੈਗਾ, ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ ਉਹਦੀ ਮਰਜ਼ੀ। ਉਸੇ ਯੋਗਰਾਜ ਸਿੰਘ ਦੀ 1 ਮਾਰਚ ਫਿਲਮ ਆ ਰਹੀ ਹੈਗੀ ਆ, ਬੂ ਮੈਂ ਡਰ ਗਈ, ਤੁਹਾਨੂੰ ਜ਼ਰੂਰ ਇੰਟਰਟੇਨ ਕਰੂਗੀ। ਅਤੇ ਸਰ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਹਮੇਸ਼ਾ ਹੀ ਜਦੋਂ ਤੁਹਾਨੂੰ ਮਿਲਦੇ ਹੈਗੇ ਹਾਂ ਤਾਂ ਬੜਾ ਚੰਗਾ ਲੱਗਦਾ ਹੈਗਾ, ਐਡੀ ਬੇਬਾਕੀ ਅਤੇ ਸਾਨੂੰ ਨਹੀਂ ਮਿਲਦੀ ਕਿਸੇ ਹੋਰ ਪਾਸੇ ਦੇਖਣ ਨੂੰ। ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਵੱਸਦੇ ਰਹੋ, ਮਹਾਰਾਜ ਲੰਬੀ ਉਮਰਾਂ ਕਰੇ, ਖੁਸ਼ੀਆਂ ਦੇਵੇ, ਤਰੱਕੀਆਂ ਦੇਵੇ ਤੁਹਾਨੂੰ ਸਭ। ਅਤੇ ਤੁਸੀਂ ਦੇਖਦੇ ਰਹੋ ਚਸਕਾ TV।